ਤੋ ਬਹੁਤ ਸੰਘਰਸ਼ ਕਰਨ ਤੋਂ ਬਾਅਦ ਇਹ ਬਾਤ ਕੀਤੀ ਹੈ ਜਮੀਨ ਲੋਕਾਂ ਨੇ ਤੇ ਅੱਜ ਲੋਕ ਇਹ ਜਿਹੜੀਆਂ ਸਰਕਾਰਾਂ ਨੇ ਕਹਿ ਰਹੀਆਂ ਅਸੀਂ ਫੈਕਟਰੀਆਂ ਲਾਣੀਆਂ ਨੇ ਸਾਨੂੰ ਨਹੀਂ ਪਤਾ ਇਹਨਾਂ ਨੇ ਸ਼ਰਾਬ ਦੀਆਂ ਲਾਣੀਆਂ ਆ ਕਿ ਕੀ ਕਰਨਾ ਇੱਥੇ ਆ ਮੈਂ ਉਹਨਾਂ ਨੂੰ ਕਿਹਾ ਕਿ ਦੇਖੋ ਮੈਂ ਸਾਡੇ ਹੱਕ ਹੈ ਅਸੀਂ ਯੰਗੇਸਟਰ ਅਸੀਂ ਹੱਕ ਲੈਣਾ ਜਾਣਦੇ ਹਾਂ ਬਸ ਇੰਨੀ ਗੱਲ ਮੈਂ ਕੀਤੀ ਮੈਨੂੰ ਕਹਿੰਦੀ ਤੁਸੀਂ ਇਹਨਾਂ ਨੂੰ ਮਿਸਗਾਈਡ ਕਰ ਰਹੇ ਹੋ ਜੇ ਇਹਨਾਂ ਨੂੰ ਮਿਸਗਾਈਡ ਕਰਾਂਗਾ ਤੈਨੂੰ ਮੈਂ ਪਰਚਾ ਖੜਾ ਕੇ ਤੈਨੂੰ ਅੰਦਰ ਛਕਾ ਦੂੰਗਾ ਸਾਨੂੰ ਹੁਣ ਪੰਜਾਬ ਦੇ ਵਿੱਚ ਸਾਨੂੰ ਸਾਡੀ ਮਾਰਸ਼ਲ ਕੌਮ ਨੂੰ ਭਈਆ ਬਣਾ ਰਿਹਾ ਆਪਦੀ ਇੰਡਸਟਰੀ ਲਾ ਕੇ ਕਾਦੇ ਵਾਸਤੇ ਜਦੋਂ ਸਾਦਾ ਰੋਟੀ ਖਾਣ ਦਾ ਵੇਲਾ ਆਇਆ ਨਾ ਤੇ 골ਡੀ ਦੇ ਘਰ ਵਾਲੀ ਨੇ ਸਾਨੂੰ ਕਹਿ ਦਿੱਤਾ ਵੀ ਇਹ ਤਾਂ ਕਬਜਾ ਮੇਰਾ ਹੈ ਐਸੀ ਆਖਿਆ ਤੇਰਾ ਨਹੀਂ ਹੈਗਾ ਇੱਥੇ ਹਿੰਮਤ ਨਹੀਂ ਤੇਰੀ ਪੈਣ ਇੱਥੇ ਵੜ ਜਾਵੇਂ ਆਓ ਜੀ ਅਸੀਂ ਜਾਂ ਮਰ ਜਾਣਾ ਤੇ ਮਾਰ ਦੇ ਇੱਥੇ ਆ ਗਈ ਅਸੀਂ ਨਹੀਂ ਹੁੰਦਾ ਇੱਕ ਜੁੰਡਾ ਵੀ ਛੱਡਦਾ ਸਾਡੀ ਇਹ ਕਮਾਈ ਕੀਤੀ ਵਈਏ ਹਾ ਦੇ ਸਾਡੀ ਪੱਟੀ ਹੋਈ ਏ ਗੈਂਗਸਟਰ ਦੀ ਗੱਲ ਕਰਦੇ ਹੋ ਅੱਜ ਮੈਂ ਰੋਟੀ ਖਾ ਰਿਹਾ ਮੇਰੇ ਤੋਂ ਰੋਟੀ ਛੀਨੀ ਜਾਊਗੀ ਖੋਈ ਜਾਊਗੀ ਆ ਇਹਨਾਂ ਕੋਲ ਖੋਈ ਜਾਊਗੀ ਕੀ ਕਰਨਗੇ ਇਹ ਕਿਵੇਂ ਕਰਾਂਗੇ ਫਿਰ ਗੈਂਗਸਟਰ ਜੇ ਬਣਦੇ ਕਿਥੋਂ ਇਹ ਸਰਕਾਰਾਂ ਹੀ ਬਣਾਉਂਦੀਆਂ ਜਦੋਂ ਉਹਦੇ ਘਰ گئے ਉਹ ਆਪ ਮਿਲਿਆ ਨਹੀਂ ਸੀ ਉਹਦੇ ਘਰ ਵਾਲੀ ਸੀ ਬੀਸੀਜੀ ਗੋਲਡਨ ਬੋਲਦੀ ਉਹਨਾਂ ਨੇ ਸਾਰੇ ਪਿੰਡ ਨੂੰ ਇਦਾਂ ਦੇ ਸ਼ਬਦ ਬੋਲੇ ਇਹ ਸੋਚ ਵੀ ਨਹੀਂ ਸਕਦੇ ਸੀ ਉਹ ਨਾ ਉਹ ਕਾਗਜ਼ੇ ਨਾਲ ਕੁਲ ਵੀ ਨਹੀਂ ਉਹ ਜਿਹੜੇ ਉਹ ਕਾਗਜ਼ ਤਿਆਰ ਤੇ ਉਹ ਦਕਸ਼ਾ ਤਿਆਰ ਕਰੀ ਬੈਠੇ ਸੀ ಗ್ರಾಮ ਪੰਚਾਇਤ ਦੀ ਜ਼ਮੀਨ ਕੇ ਮਾਲਿਕ ਬਣ ਸਕਦਾ ਕਿਹੜੇ ਆਇਨਾ ਤੋਂ ਦੇਖੋ ਕਿਹੜਾ ਵੀ ਕਾਰਪੋਰੇਟ ਘਰਾਣੇ ਵਾਲਾ ਜਾਂ ਪੋਲੀਟੀਸ਼ੀਅਨ ਸਾਰੇ ਆਮ ਆਦਮੀ ਆ ਨਾ ਕਿੰਦੀ ਇਹ ਮਾਇਤ ਕਰ ਰਿਹਾ ਉਹ ਉਲਟਾ ਧਮਕੀਆਂ ਦੇ ਰਹੀ ਤੁਹਾਡੇ ਤੇ ਪਰਚੇ ਠੋਕ ਜਾਣੇ ਰਵੀ ਯੂਨੀਵਰਸਿਟੀ ਜਿਹੜਾ ਇਹਨਾਂ ਰਾਜ ਸਭਾ ਦਾ ਮੈਂਬਰ ਬਣਿਆ ਹੈ ਉਹਦੀ ਜਿਹੜੀ ਯੂਨੀਵਰਸਿਟੀ ਉਹ ਸਰਕਾਰੀ ਜ਼ਮੀਨ ਕੀ ਹੈ ਉਹ ਕਿਉਂ ਨਹੀਂ ਖੋਹਦੇ ਕਿਆ ਕਰੋ ਸਾਡਾ ਪਾਕਿਸਤਾਨਾ ਲੰਗੜਾ ਖੋਲ ਦਿਓ ਅਸੀਂ ਸਾਰੇ ਉੱਧਰ ਸਾਨੂੰ ਮਾਰਦੇ ਹੋ ਜਾਂ ਫਿਰ ਇੱਥੇ ਆ ਕੇ ਗੋਲੀਆਂ ਨਾਲ ਮਾਰਦੇ ਹੋ ਕਰਤੇ ਆ ਇਹਨੂੰ ਦੇਗ ਤੇ ਚੜਕੇ ਆ ਇਹਨੂੰ ਤੇ ਇਹ ਚੀਜ਼ ਅਸੀਂ ਪਿੱਛੇ ਨਹੀਂ ਹਟਾਂਗੇ ਸਾਰੇ ਨੌਜਵਾਨ ਨੇ ਤੇ ਕੋਈ ਪਿੱਛੇ ਨਹੀਂ ਹਟੇਗਾ ਪਹਿਲਾਂ ਕੋਈ ਸਰਕਾਰ ਆਈ ਐ ਕਹਿ ਕਹਿਣ ਵੀ ਵੀ ਭਾਈ ਤੁਸੀਂ ਉੱਠੋ ਵੀ ਹੁਣ ਤੋਂ ਚੰਨ ਜ਼ਮੀਨ ਤੁਹਾਡੀ ਕੋਣੀ ਐ ਤੇ ਅੱਛਾ ਨਹੀਂ ਨਹੀਂ ਐਨੇ ਪਹਿਲ ਸਾਡੇ ਚੰਨ ਚੜਾ ਹੈ ਜੇ ਵੀ ਨੇ ਤੁਮ ਕਿ ਵੀ ਦਿੱਤੀ ਜੇ ਪੰਚਾਇਤ ਨਾਲ ਖੜੋਵੇਗੀ ਤੇ ਅਸੀਂ ਸਸਪੈਂਡ ਕਰ ਦਿੰਦੇ ਪੂਰੀ ਪੰਚਾਇਤ ਮੈਂ ਕਿ ਅਫਸਰ ਲੀਡਰ ਕੋਈ ਆਇਆ ਵੀ ਭਾਈ ਗੱਲ ਅਸੀਂ ਆ ਰੱਖਾਂ ਦੇ ਕਿ ਆਇਆ ਕੋਈ ਇੱਥੇ ਭਾਵੇਂ ਹਾਦੀ ਜਾਨ ਨਿਕਲ ਜਾਵੇ ਦੋਸਤੋ ਜਲਾਲਾਬਾਦ ਦੇ ਵਿੱਚ ਆ ਜਲਾਲਾਬਾਦ ਮਸ਼ਹੂਰ ਹਲਕਾ ਰਿਆ ਸੁਖਬੀਰ ਬਾਦਲ ਇੱਥੋਂ ਝੋਣ ਲੜੇ ਜਿੱਤੇ ਉਸ ਤੋਂ ਬਾਅਦ ਇਹ ਹਲਕਾ ਕਾਫੀ ਚਰਚਾ ਦੇ ਵਿੱਚ ਆ ਗਿਆ ਸੀ ਤੇ ਹੁਣ ਇੱਥੇ ਆਮ ਆਦਮੀ ਪਾਰਟੀ ਦੇ ਵਿਧਾਇਕ ਹੈ ਪਰ ਲੋਕਾਂ ਵੱਲੋਂ ਧਰਨਾ ਦਿੱਤਾ ਜਾ ਰਿਹਾ ਹੈ ਪਿੰਡ ਬੱਗੇਕੇ ਦੇ ਵਿੱਚ ਆਪਦੇ ਪਿੰਡ 'ਚ ਹੀ ਧਰਨੇ ਤੇ ਬੈਠੇ ਆ ਕਾਰਨ ਕੀ ਹੈ ਕੀ ਮਸਲਾ ਹੈ ਸਾਰੀ ਗੱਲਬਾਤ ਕਰਾਂਗੇ ਪਿੰਡ ਵਾਸੀ ਨੇ ਮਾਤਾਵਾਂ ਨੇ ਬਜ਼ੁਰਗ ਨੇ ਨੌਜਵਾਨ ਨੇ ਬੱਚੇ ਨੇ ਗੱਲਬਾਤ ਕਰਦੇ ਆ ਜਿੱਥੇ ਬੰਦੀਆਂ ਦੀ ਆਗੂ ਵੀ ਨੇ ਕੀ ਮਸਲਾ ਹੈ ਜੀ ਸਾਰਾ ਮੈਂ ਜੀ ਕਾਮਰੇਟ ਸਿੰਦਰ ਢੰਡੀਆਂ ਕੋਲਿੰਦ ਕਿਸਾਨ ਸਭਾ ਦਾ ਜ਼ਿਲ੍ਹੇ ਦਾ ਪ੍ਰਧਾਨ ਆ ਜੀ ਇਹ ਮਸਲਾ ਹੈ ਵੀ ਪਿੰਡ ਬੱਗੇਕੇ 88 ਜਦੋਂ ਤੋਂ ਹਿੰਦੁਸਤਾਨ ਪਾਕਿਸਤਾਨ ਬਣਿਆ ਜੀ ਇਹ ਇੱਥੇ ਆ ਕੇ ਬਸੇ ਆ ਤੇ ਜਿਹੜੀ ਜ਼ਮੀਨ ਤੇ ਅਸੀਂ ਖੜੇ ਆ ਇਸ ਜ਼ਮੀਨ ਤੇ ਵਿੱਚ ਜੰਗਲ ਸੀ ਬੂਟੇ ਆ ਸੀ ਵਿਆਬਾਨ ਸੀ ਇਸ ਜ਼ਮੀਨ ਨੂੰ ਇਸ ਪਿੰਡ ਬੱਗੇ ਵਾਲਿਆਂ ਦੇ ਜਿਹੜੇ ਜਿਨ੍ਹਾਂ ਨੇ ਵਸਾਇਆ ਪਿੰਡ ਆ ਕੇ ਉੱਜੜ ਕੇ ਆਏ ਸੀ ਇਹਨਾਂ ਦੇ ਬਜ਼ੁਰਗ ਸੀ ਇਹਨਾਂ ਦੇ ਮਾਈ ਬਾਪ ਉਹਨਾਂ ਨੇ ਇਸ ਜ਼ਮੀਨ ਨੂੰ ਆਪਦੀ ਜੋਗਾ ਦੇ ਨਾਲ ਆਪਦੇ ਕਈਆਂ ਹੌਲਿਆਂ ਦੇ ਨਾਲ ਇਸ ਨੂੰ ਜ਼ਮੀਨ ਨੂੰ ਜੰਡ ਬੂਟੇ ਪੱਟ ਕੇ ਆਬਾਦ ਕੀਤਾ ਉਸ ਵੇਲੇ ਨਾ ਤੇ ਇੱਥੇ ਕੋਈ ਪਾਣੀ ਦਾ ਪ੍ਰਬੰਧ ਸੀ ਨਾ ਕੋਈ ਲਾਈਟ ਦਾ ਪ੍ਰਬੰਧ ਸੀ ਆਪਦੇ ਮਤਲਬ ਦਸਾ ਨੋਵਾਂ ਦੀ ਕਿਰਤ ਕਰਕੇ ਆਪ ਦਾ ਖੂਨ ਪਸੀਨਾ ਵਹਾ ਕੇ ਇਸ ਜ਼ਮੀਨ ਨੂੰ ਆਬਾਦ ਕਰਕੇ ਆਪਦੇ ਬਾਲੀ ਬੱਚਾ ਲਾ ਕੇ ਕਈਆਂ ਸਾਡੇ ਜਿਹੜੇ ਇੱਥੋਂ ਦੇ ਬਜ਼ੁਰਗ ਸੀ ਉਹਨਾਂ ਦੀ ਸੱਪ ਲੜ ਕੇ ਮੌਤਾਂ ਵੀ ਹੋਈਆਂ ਨੇ ਆਪਨੇ ਪੁੱਤ ਵੀ ਗੁਆਏ ਨੇ ਆਪ ਵੀ ਇਹ ਮਤਲਬ ਆਬਾਦ ਕਰਦਿਆਂ ਜਾਂ ਨਾਲ ਗੁਆਈਆਂ ਨੇ ਜਦੋਂ ਆਬਾਦ ਹੋ ਗਈ ਜ਼ਮੀਨ ਸ਼ੁਰੂ ਤੋਂ ਪਹਿਲਾਂ ਕੋਈ ਮੁਸਲਮਾਨ ਇਸ ਜ਼ਮੀਨ ਦਾ ਮਾਲਕ ਹੈ ਜਦੋਂ ਇਹਨਾਂ ਨੇ ਆਬਾਦ ਕੀਤੀ ਇੱਕ ਖਾਨਾ ਕਾਸਤ ਕਰਦਾ ਕਾਸਤਕਾਰ ਵਿੱਚ ਇਹ ਇਹਨਾਂ ਦਾ ਨਾਮ ਹੈ ਨਾਂ ਤਾਂ ਇੱਥੇ ਕੋਈ ਉਦੋਂ ਪਾਣੀ ਦਾ ਪ੍ਰਬੰਸੀ ਉਹ ਇਹਨਾਂ ਨੇ ਆਪ ਕੀਤਾ ਖੂਪਾਟ ਕੇ ਫਿਰ ਬੋਰ ਕੀਤੇ ਕਰਜੇ ਚੱਕ ਕੇ ਫਿਰ ਬਿਜਲੀ ਲਵਾਈ ਜਦੋਂ ਸਾਰਾ ਕੁਝ ਹਰਿਆ ਭਰਿਆ ਕਰਤਾ ਜਦੋਂ ਇਹਨਾਂ ਨੂੰ ਆਪ ਦੀ ਪਤਾ ਲੱਗਿਆ ਵੀ ਜਿਹੜਾ ਮਾੜਾ ਮੋਟਾ ਅੱਗੇ ਸਾਡਾ ਲੱਗਿਆ ਉਹ ਆਮਦਨ ਆਉਣ ਲੱਗੀ ਤੇ ਜਿਹੜੀ ਪੰਜਾਬ ਦੀ ਸਰਕਾਰ ਭਗਵੰਤ ਮਾਨ ਦੀ ਸਰਕਾਰ ਜਿਹੜੀ ਲੋਕਾਂ ਨੂੰ ਇਹ ਵਾਅਦਾ ਕਰਕੇ ਆਈ ਸੀ ਇਹ ਡਰਾਮਾ ਕਰਕੇ ਆਈ ਸੀ ਚੁਟਕਲੇ ਸੁਣਾ ਕੇ ਆਈ ਸੀ ਵੀ ਮੇਰੀ ਤੁਸੀਂ ਸਰਕਾਰ ਲਾਇਓ ਆਮ ਆਦਮੀ ਪਾਰਟੀ ਦੀ ਸਰਕਾਰ ਲਾਇਓ ਲੋਕਾਂ ਦੇ ਵਾਰੇ ਨਿਆਰੇ ਹੋ ਜਾਣਗੇ ਇਹਨਾਂ ਨੂੰ ਵਾਜੇ ਉਹਦੀ ਗਲਤੀ ਦੇ ਵਿੱਚ ਆ ਕੇ ਇਹਨਾਂ ਸਾਰੇ ਪਿੰਡਾਂ ਨੇ ਸਮੁਦਦੇ ਪਿੰਡਾਂ ਨੇ ਓਟਾ ਪਾਤੀਆਂ ਜਦੋਂ ਓਟਾ ਪਾਤੀਆਂ ਤੇ ਅੱਜ ਇਹਨਾਂ ਨੂੰ ਪਤਾ ਲੱਗਿਆ ਵੀ ਜਿਹੜੀ ਜ਼ਮੀਨ ਅਸੀਂ ਆਬਾਦ ਕੀਤੀ ਹੈ ਉਹ ਜ਼ਮੀਨ ਖੋਣ ਵਾਸਤੇ ਉਹਦੀ ਸਰਕਾਰ ਇਹਨਾਂ ਤੇ ਹਤਾਵਾ ਬੋਲਣ ਲੱਗੀ ਹੈ ਜਦੋਂ ਪਤਾ ਲੱਗਿਆ ਪਿੰਡ ਵਾਸੀਆਂ ਨੂੰ ਵੀ ਸਾਡੀ ਜ਼ਮੀਨ ਜਿਹੜੀ 309 ਏਕੜ ਦੱਸੀ ਜਾਂਦੀ ਏ ਜਿਹੜੀ ਪਤਾ ਨਹੀਂ ਕਿਸ ਨੇ ਮਾਲਕੀ ਖਾਨੇ ਦੇ ਵਿੱਚ ਪੰਚਾਇਤ ਨਾ ਪਕਰਤੀ ਗਰਦੌਰੀ ਇਹਨਾਂ ਦੇ ਨਾਂ ਨੇ ਮਾਲਕੀ ਖਾਨੇ ਵਿੱਚ ਪੰਚਾਇਤ ਕਸੂਰਤੀ ਉਹ ਸ਼ੁਰੂ ਤੋਂ ਹੀ ਇਹਨਾਂ ਦੀ ਏ ਇਦਾਂ ਸੀ ਖੋਣ ਵਾਸਤੇ ਜਦੋਂ ਪਤਾ ਲੱਗਿਆ ਵੀ ਇਹ ਤਾਂ ਪਿੰਡ ਦੀ ਪੰਚਾਇਤ ਦੀ ਜ਼ਮੀਨ ਹੈ ਇਹਨੂੰ ਅਕਵਾਇਰ ਕਰਕੇ ਜਿਹੜੇ ਥੋ ਦਾ ਮੌਜੂਦਾ ਐਮਐਲਏ ਹੈ ਜਿਹੜੀ ਮੌਜੂਦਾ ਸਰਕਾਰ ਹੈ ਮੰਤਰੀ ਹੈ ਉਹਨਾਂ ਨੇ ਕੱਲ 26 ਤਰੀਕ ਨੂੰ ਜਿਹੜੀ ਲੰਘ ਗਈ ਹੈ ਇਸ ਨੂੰ ਅਕਵਾਇਰ ਕਰਕੇ ਇੱਥੇ ਕੋਈ ਵੱਡਾ ਪ੍ਰੋਜੈਕਟ ਜਿਹਨੂੰ ਕਹਿੰਦੇ ਨੇ ਇਹ ਆਪਣਾ ਵਰਕਾ ਪਲਾਟ ਲਾਉਣਾ ਉਸ ਵਾਸਤੇ ਅਕਵਾਇਰ ਕਰਨੀ ਹੈ ਜ਼ਮੀਨ ਸੋ ਜਿਹਨਾਂ ਨੂੰ ਪਤਾ ਲੱਗਿਆ ਫਿਰ ਸਾਡੇ ਨਾਲੇ ਨਾ ਪਹਿਲਾਂ ਇਹ ਉਸ ਵਿਧਾਇਕ ਕੋਲ ਗਏ ਜਿਹਨੂੰ ਇਹਨਾਂ ਵੋਟਾਂ ਪਾਈਆਂ ਜਿਹੜੇ ਇਹਨਾਂ ਨੂੰ ਗੱਲ ਵਾਦਾ ਕਰਕੇ ਗਏ ਸੀ ਵੀ ਸਾਨੂੰ ਵੋਟਾਂ ਪਾਓ ਅਸੀਂ ਤੁਹਾਨੂੰ ਰੋਜ਼ਗਾਰ ਵੀ ਦੇਾਂਗੇ ਤੁਹਾਡੇ ਬੱਚਿਆਂ ਦੀ ਪੜ੍ਹਾਈ ਵੀ ਫ੍ਰੀ ਕਰਾਂਗੇ ਲਾਜ ਵੀ ਫ੍ਰੀ ਕਰਾਂਗੇ ਤੇ ਤੁਹਾਨੂੰ ਪੱਕੇ ਮਕਾਨ ਵੀ ਬਣਾ ਕੇ ਦੇਾਂਗੇ ਤੁਹਾਨੂੰ ਜ਼ਮੀਨਾਂ ਹੋਰ ਵੀ ਦੇਾਂਗੇ ਜਦੋਂ ਉਹਦੇ ਕਰ ਗਏ ਉਹ ਆਪ ਮਿਲਿਆ ਨਹੀਂ ਸੀ ਉਹਦੇ ਘਰ ਵਾਲੀ ਸੀ ਮਿਸੀ ਜੀ ਗੋਲਡਨ ਗੋਲਡੀ ਉਹਨਾਂ ਨੇ ਸਾਰੇ ਪਿੰਡ ਨੂੰ ਇਦਾਂ ਦੇ ਸ਼ਬਦ ਬੋਲੇ ਇਹ ਸੋਚ ਵੀ ਨਹੀਂ ਸਕਦੇ ਸੀ ਉਹਨਾਂ ਉਹ ਕਾਗਜ਼ ਇਹਨਾਂ ਕੋਲ ਵੀ ਨਹੀਂ ਹੁੰਦੇ ਜਿਹੜੇ ਉਹ ਕਾਗਜ਼ ਤਿਆਰ ਤੇ ਉਹ ਨਕਸ਼ਾ ਤਿਆਰ ਕਰੀ ਬੈਠੇ ਸੀ ਉਹ ਕਹਿੰਦੀ ਮੈਂ ਤਾਂ ਟਰੈਕਟਰ ਵੀ ਮੰਨ ਲਓ ਕਿਰਾਏ ਤੇ ਜਾਂ ਲੈ ਲੈਣੇ ਜਿਹੜੀ ਸਵੇਰੇ ਜਾ ਕੇ ਜ਼ਮੀਨ ਅਸੀਂ ਆ 26 ਤਰੀਕ ਨੂੰ ਜਾ ਕੇ ਮੰਤਰੀ ਆ ਰਿਹਾ ਤੇ ਅਸੀਂ ਐਕਵਾਇਰ ਕਰਕੇ ਤੇ ਉਸ ਅਜਾ ਦੂਈਆ ਕੰਪਨੀ ਨੂੰ ਦੇ ਦਿੱਤੀ ਐ ਸੋ ਇਹ ਪਿੰਡ ਵਾਲਿਆਂ ਨੇ ਫਿਰ ਇਸ ਗੱਲ ਦਾ ਉਹਨੂੰ ਵੰਗਾਰ ਕੇ ਵੀ ਆਏ ਨੇ ਫਿਰ ਤੂੰ ਆ ਜੀ ਵohn ਤੇ ਤੈਨੂੰ ਵਾਕੇ ਵਿਖਾਵਾਂਗੇ ਫਿਰ ਜਿਥੇ ਬੰਦੀਆਂ ਨੇ ਇਹਨਾਂ ਤਾਲਮਿਲ ਕੀਤਾ ਫਿਰ ਅਸੀਂ ਆ ਕੇ ਆਪਦੀ ਜਿਥੇ ਬੰਦੀਆਂ ਵੱਲੋਂ ਇਸ ਪਿੰਡ ਦੇ ਨਾਲ ਮੋਢੇ ਨਾਲ ਮੋਢਾ ਜੋੜ ਕੇ ਅਸੀਂ ਲਲਕਾਰਤਾ ਉਸ ਸਰਕਾਰ ਨੂੰ ਤੂਏ 309 ਕਿੱਲੇ ਕਹੀ ਨਹੀਂ ਐ ਤੈਨੂੰ ਇੱਕ ਡਿਲ ਵੀ ਨਹੀਂ ਚੱਕਣ ਦਿਆਂਗੇ ਸੋ ਜਿਹੜੇ ਐ ਇਸ ਵੇਲੇ ਉਸ ਤਮੇ ਡੀਡੀਪੀਓ ਤਹਿਸੀਲਦਾਰ ਇਥੇ ਜ਼ਮੀਨ ਦੀ ਮਨ ਲੋ ਬੇਨਤੀ ਕਰ ਰਹੇ ਸੀ ਅਸੀਂ ਉਹਨਾਂ ਨੂੰ ਇਹ ਗੱਲ ਵੰਗਾ ਰਿਆ ਵੀ ਅੱਜ ਤਾਂ ਤੁਹਾਨੂੰ ਜਾਣ ਦੇਾਂਗੇ ਜੇ ਦੁਬਾਰਾ ਤੁਸੀਂ ਜਾਂ ਤੁਹਾਡੀ ਕੋਈ ਸਰਕਾਰ ਦਾ ਬੰਦਾ ਇੱਥੇ ਆ ਗਿਆ ਉਹ ਦੁਬਾਰਾ ਵਾਪਸ ਨਹੀਂ ਜਾਏਗਾ ਦੁਬਾਰਾ ਵਾਪਸ ਨਹੀਂ ਜਾਏਗਾ ਹਾਂਜੀ ਅੱਛਾ ਜੀ ਇਹ ਕਿੰਨੇ ਕਿਹੜਾ 309 ਕਿੱਲੇ ਜ਼ਮੀਨ ਹੈ ਕਿੰਨੇ ਲੋਕ ਵਾਰੇ ਹਨ ਇਹ ਲਗਭਗ 400 ਬੰਦਾ ਜੀ ਜੇ 400 ਘਰ ਹੈ ਪਰਿਵਾਰ ਪਰਿਵਾਰ ਕੋਲੇ 309 ਕਿੱਲਾ ਜ਼ਮੀਨ ਹੈ ਹਾਂਜੀ ਹਾਂਜੀ ਠੀਕ ਹੈ ਤੇ ਇੱਕ ਕਦੋਂ ਤੋਂ ਆ ਵੀਰੇ ਇਹ ਐਵਰਜੀਤ ਸਾਨੂੰ 47 ਤੋਂ ਐ ਜਦੋਂ ਇਹ ਉੱਜੜ ਕੇ ਆਏ ਸੀਗੇ ਇੱਥੇ ਸਾਡੇ ਵੱਡ ਵਡੇਰਿਆਂ ਨੇ ਆ ਕੇ ਵਸੇਰਾ ਕੀਤਾ ਹੈ ਇਹ ਜੰਗਲ ਬੀਆਬਾਨ ਬਟਾਕ ਹੁੰਦਾ ਸੀਗਾ ਉਦੋਂ ਦੀ ਇਹ ਰਿਕੁਆਇਰ ਮਤਲਬ ਕੀਤੀ ਸੀ ਇਹਨਾਂ ਨੇ ਵਾਹ ਕੇ ਵਾਣ ਜੋਗੇ ਹੁਣ ਹੋਈ ਹੈ ਪੰਜ ਸੱਤ ਸਾਲਾਂ ਤੋਂ ਲੋਕ ਵਾਣ ਲੱਗੇ ਆ ਠੀਕ ਹੈ ਲੋਕਾਂ ਨੇ ਆਪਦੇ ਇੰਜਨ ਲਾ ਕੇ ਬੋਰ ਕਰਕੇ ਬਹੁਤ ਔਖਾ ਮਤਲਬ ਪ੍ਰੋਟੈਸਟ ਬਹੁਤ ਸੰਘਰਸ਼ ਕਰਨ ਤੋਂ ਬਾਅਦ ਇਹ ਬਾਤ ਕੀਤੀ ਹੈ ਜ਼ਮੀਨ ਲੋਕਾਂ ਨੇ ਤੇ ਅੱਜ ਲੋਕ ਇਹ ਜਿਹੜੀਆਂ ਸਰਕਾਰਾਂ ਨੇ ਕਹਿ ਰਹੀਆਂ ਐਸੀ ਫੈਕਟਰੀਆਂ ਲਾਉਣੀਆਂ ਨੇ ਸਾਨੂੰ ਨਹੀਂ ਪਤਾ ਇਹਨਾਂ ਨੇ ਸ਼ਰਾਬ ਦੀਆਂ ਲਾਉਣੀਆਂ ਆ ਕਿ ਕੀ ਕਰਨਾ ਇੱਥੇ ਆ ਕੇ ਔਰ ਇਹਨਾਂ ਨੇ ਬਹੁਤ ਮਾੜੀ ਨੀਤੀ ਰੱਖ ਲਈ ਇੱਥੇ ਜਿਹੜੀਆਂ ਵੱਡੀਆਂ ਘਰਾਨਾ ਤੋਂ ਉਹ ਜ਼ਮੀਨਾਂ ਖੋਣ ਸਾਡੇ ਗਰੀਬਾਂ ਤੋਂ ਕਿਉਂ ਖੋ ਰਿਆ ਨੇ ਇਹਦੇ ਚ 200 ਮਤਲਬ 450 ਪਰਿਵਾਰ ਹੈ 2000 ਵੋਟ ਹੈ ਪਿੰਡ ਦੀ ਇੱਥੇ 2000 ਪਰਿਵਾਰ ਜਿਹੜਾ ਬੱਚੇ ਨੇ 2000 ਟੋਟਲ ਹੈ ਪਰਿਵਾਰ ਦੀ ਵੋਟ ਹੈ ਹਨਾ 2000 ਅਖਾ ਇਹ ਇੱਕ ਗੱਲ ਇਹ ਵੀ ਹੈ ਵੀ ਇਹ ਸਰਕਾਰ ਜਿਹੜੀ ਹੈ ਉਹ ਜ਼ਮੀਨਾ ਖੋ ਰਹੀ ਹੈ ਤੁਹਾਡੇ ਪਿੰਡ ਚ ਕਿੰਨੇ ਕਿ ਤਣਾੜ ਬੰਦਿਆ ਜਿਹੜੇ ਜ਼ਮੀਨ ਤੇ ਕਬਜ਼ਾ ਕਰੀ ਬੈਠਿਆ ਤਣਾੜ ਕਿੰਨੇ ਕ ਪੈਸੇ ਵਾਲੇ ਕਿੰਨੇ ਕ ਪੈਸੇ ਵਾਲਾ ਤੁਹਾਨੂੰ ਦੇਖ ਹੀ ਰਹੇ ਹੋਣਾ ਭਾਜੀ ਦੇਖੋ ਕਿਹੜੇ ਪੈਸੇ ਵਾਲੇ ਪੈਸੇ ਲੈ ਹੁੰਦੇ ਤਾਂ ਇੱਥੇ ਹੁੰਦੇ ਇਹ ਸਾਰੇ ਜਿਹੜੇ ਇੱਥੇ ਆਏ ਆ ਨਾ ਭਾਜੀ ਜਿਹੇ ਕਿਸੇ ਕੋਲ ਕਿੱਲਾ ਕਿੱਲੇ ਤੋਂ ਵਾਦ ਹੈ ਨਹੀਂ ਠੀਕ ਹੈ ਢਣਾੜ ਬੰਦਾ ਇੱਥੇ ਕੋਈ ਨਹੀਂ ਆ ਅਸੀਂ ਤਾਂ ਕਿਆ ਅਸੀਂ ਤਾਂ ਜੇ ਉਹ ਟੇਬਲ ਟਾਕ ਕਰਨਾ ਚਾਹੁੰਦੇ ਆ ਨਾ ਮੈਂ ਤਾਂ ਇਹ ਚਾਹੁੰਨਾ ਆ ਅਸੀਂ ਇਹ ਚਾਹੁੰਨੇ ਆ ਕਿ ਸਾਡੇ ਨਾਲ ਟੇਬਲ ਟਾਕ ਕਰਨਾ ਚਾਹੁੰਦੇ ਆ ਸਰਕਾਰ ਆਪਦੀ ਪਾਲਿਸੀ ਦੇ ਉਹ 3 ਸਾਡੇ ਨਾਲ ਜਿਹੜੇ ਤਣਾੜ ਦੀ ਤੁਸੀਂ ਗੱਲ ਕਰਦੇ ਹੋ ਕੋਈ ਤਣਾੜ ਬੰਦਾ ਹੋਊਗਾ ਤਾਂ ਸਾਨੂੰ ਇਹ ਇਹ ਪ੍ਰੋਟੈਸਟ ਕਰਨ ਦੀ ਕੀ ਲੋੜ ਸੀ ਅਸੀਂ ਤਾਂ ਉਹਦਾ ਜਾ ਬੁਹਾ ਜਾਣੇ ਜਾ ਕੇ ਮੰਨ ਲਦੇ ਜਿਵੇਂ ਅਸੀਂ ਆਪਣੇ ਐਮਐਲਏ ਸਾਹਿਬ ਦਾ ਬੁਹਾ ਮੱਲੇ ਸੀ ਸਾਨੂੰ ਐ ਸੀ ਕਿ ਚਲੋ ਠੀਕ ਹੈ ਸਾਡੀ ਹਮਾਇਤ ਕਰਨਗੇ ਪਰ ਹਮਾਇਤ ਕਰਨ ਦੀ ਬਜਾਏ ਉਹਨਾਂ ਨੇ ਸਾਡੇ ਨਾਲ ਜਿਹੜੀ ਉਹਨਾਂ ਨੇ ਸਾਰੇ ਦੋ 250 ਪਿੰਡ ਦਾ ਬੰਦਾ ਮੋਤਬਰ ਬੰਦੇ ਗਏ ਉਹਨਾਂ ਨੇ ਸਾਡੀ ਇੰਨੀ ਮਤਲਬ ਡਿਸਰੈਸਪੈਕਟ ਕੀਤੀ ਕੀ ਕਿਆ ਉਹਨਾਂ ਨੇ ਉਹਨਾਂ ਨੇ ਇਹ ਕਿਹਾ ਕਿ ਪਹਿਲੀ ਗੱਲ ਤਾਂ ਇਹ ਸਮਝੋ ਕਿ ਜਿਹੜੀਆਂ ਅਸੀਂ ਕਹਾਂ ਕਿ ਸਾਡੇ ਕੁਝ ਮਤਲਬ ਕੁਝ ਚੱਲ ਰਿਹਾ ਹੈ ਨਾ ਉਹ ਕਹਿੰਦੇ ਸਭ ਕੁਝ ਸਾਡਾ ਸਰਕਾਰਾਂ ਸਾਡੀਆਂ ਪੁੱਲ ਸਾਡੀ ਆ ਸਭ ਕੁਝ ਸਾਡਾ ਨੰਬਰ 2 ਕਹਿੰਦੀ ਇਹ ਜ਼ਮੀਨ ਮੇ ਉਹਨਾਂ ਮਿਸਿਸ ਗੋਲਡੀ ਨੇ ਇਹ ਵਰਡਿੰਗ ਗਈ ਮੇਰੇ ਨਾਲ ਸਾਹਮਣੇ ਆ ਕੇ ਗੱਲ ਕਰੋ ਸਾਰੇ ਸਿਗੇ ਉਸ ਟਾਈਮ ਮੈਂ ਉਹਨਾਂ ਨੂੰ ਕਹਾ ਕਿ ਦੇਖੋ ਮੈਮ ਸਾਡੇ ਹੱਕ ਹੈ ਅਸੀਂ ਯੰਗੇਸਟਰ ਆ ਅਸੀਂ ਹੱਕ ਲੈਣਾ ਜਾਣਦੇ ਆ ਬਸ ਇੰਨੀ ਗੱਲ ਮੈਂ ਕੀਤੀ ਮੈਨੂੰ ਕਹਿੰਦੀ ਤੁਸੀਂ ਇਹਨਾਂ ਨੂੰ ਮਿਸਗਾਈਡ ਕਰ ਰਹੇ ਹੋ ਜੇ ਇਹਨਾਂ ਨੂੰ ਮਿਸਗਾਈਡ ਕਰਾਂਗਾ ਤੈਨੂੰ ਮੈਂ ਪਰਚਾ ਕਰਾ ਕੇ ਤੈਨੂੰ ਅੰਦਰ ਠਕਾ ਦੂੰਗੀ मतलब एमएलए दी पत्नी कहंदे हां जी ये पत्नी ओना दी वर्डिंग सी सारे उथे सिगे हैगे सी ओए ਤੁਸੀਂ ਮੈਨੂੰ ਇਹ ਦੱਸੋ ਕਿ ਅਸੀਂ ਉਹਨਾਂ ਨਾਲ ਗੱਲ ਕੀਤੀ ਕਿ ਤੁਸੀਂ ਕੀ ਚੀਜ਼ ਮਤਲਬ ਤੁਹਾਡੀ ਪਾਲਿਸੀ ਕੀ ਹੈ ਕਿ ਤੁਸੀਂ ਕਰਨਾ ਕੀ ਚਾਹੁੰਦੇ ਹੋ ਸਾਡੇ ਗਰੀਬਾਂ ਕੋਲ ਖੋ ਕੇ ਕਰਨਾ ਕੀ ਚਾਹੋਗੇ ਕਹਿੰਦੇ ਇਥੇ ਵੇਰਕਾ ਪਲਾਂਟ ਦਾ ਵੇਰਕਾ ਪਲਾਂਟ ਲੱਗੂਗੀ ਇੰਡਸਟਰੀ ਲੱਗੂਗੀ ਤੇ ਉਹਨਾਂ ਦੀ ਵਰਡਿੰਗ ਦੇਖੋ ਕਿ ਕਹਿੰਦੇ ਉਹਦੇ ਵਿੱਚ ਤੁਹਾਨੂੰ ਜੌਬ ਦਿੱਤੀ ਜਾਊਗੀ ਦਿਮਾਗ ਸਮਝ ਰਹੇ ਹੋ ਪਹਿਲਾਂ ਤਾਂ ਤੁਸੀਂ ਸਰਕਾਰਾਂ ਨੇ ਸਾਡੀ ਸੋਚ ਗੁਲਾਮ ਕਰਤੀ ਸੋਚ ਗੁਲਾਮ ਕਰਦੀ ਸਾਨੂੰ ਆਟੇ ਦਾਲ ਤੱਕ ਸੀਮਤ ਕਰਤਾ ਹੁਣ ਦੀ ਕੀ ਉਹਨਾਂ ਦੀ ਪਾਲਿਸੀ ਹੈ ਕਿ ਇੱਥੇ ਅਸੀਂ ਇੰਡਸਟਰੀ ਫਿਟ ਕਰਦਾਂਗੇ ਵਿਰਕਾਲੀ ਉਹਦੇ ਵਿੱਚ ਜਿਹੜੇ ਰੱਖੂਗੇ ਜਿਵੇਂ ਆਪਾਂ ਪੰਜਾਬ ਤੋਂ ਭਾਜੀ ਜਦੋਂ ਅਸੀਂ ਮਤਲਬ ਜਮੀਨਾਂ ਵਾਲੇ ਹੁੰਦੇ ਆ ਬਾਹਰੋਂ ਬੰਦੇ ਮੰਗਾਉਣੇ ਹੁੰਦੇ ਆ ਨਾ ਜਿਨ੍ਹਾਂ ਨੂੰ ਆਪਾਂ ਮਤਲਬ ਭਈਏ ਵਗੈਰਾ ਹੁੰਦੇ ਆ ਉਹਨਾਂ ਨੂੰ ਸਾਨੂੰ ਹੁਣ ਪੰਜਾਬ ਦੇ ਵਿੱਚ ਸਾਨੂੰ ਸਾਡੀ ਮਾਰਸ਼ਲ ਕੌਮ ਨੂੰ ਭਈਆ ਬਣਾ ਰਿਹਾ ਆਪਦੀ ਇੰਡਸਟਰੀ ਲਾ ਕੇ ਕਾਦੇ ਵਾਸਤੇ ਸਾਨੂੰ ਜਿਹੜੀ ਜ਼ਮੀਨ ਆ ਨਾ ਅਸੀਂ ਸਾਡੇ ਕੋਲ ਕਿੱਲਾ ਹੁੰਦੀ ਆ ਡੇਢ ਕਿੱਲਾ ਹੁੰਦੀ ਸਹੀ ਆ ਅਸੀਂ ਦਾਣੇ ਖਾਣ ਨੂੰ ਮਿਲ ਰਿਹਾ ਇੰਨਾ ਸਾਨੂੰ ਵਧੀਆ ਤੇ ਤੁਸੀਂ ਇਹਨੂੰ ਵੇਰਕਾ ਪਲਾਂਟ ਲਾ ਕੇ ਉਹਦੇ ਵਿੱਚ ਤੁਸੀਂ ਜੌਬ ਦੋ ਕਿਸੇ ਨੂੰ 10000 ਦੋਗੇ ਉਹ ਸਾਨੂੰ ਜੌਬ ਨਹੀਂ ਚਾਹੀਦੀ ਸਾਨੂੰ ਗਵਰਨਮੈਂਟ ਜੌਬ ਦਿਓ ਨਾ ਜੇ ਦੇਣੀ ਹੈ ਤਾਂ ਲੋਜੀਕਲੀ ਗੱਲ ਕਰਨ ਤਾਂ ਜੇ ਇਹ ਚੀਜ਼ਾਂ ਦੋ ਨਾਲੇ ਇੱਕ ਗੱਲ ਮੈਂ ਕਹਿਣਾ ਚਾਹੁੰਨਾ ਜੇ ਦਰ ਤੇ ਆਏ ਨੂੰ ਦੇਗ ਤੇ ਛੜ ਕੇ ਆਏ ਨੂੰ ਤੇਗ ਇਹ ਚੀਜ਼ ਅਸੀਂ ਪਿੱਛੇ ਨਹੀਂ ਹਟਾਂਗੇ ਸਾਰੇ ਨੌਜਵਾਨ ਨੇ ਤੇ ਕੋਈ ਪਿੱਛੇ ਨਹੀਂ ਹਟੇਗਾ ਹਟੋਗੇ ਕਿ ਨਹੀਂ ਨਹੀਂ ਸਾਰੇ ਮਰਨ ਨੂੰ ਅਸੀਂ ਤਿਆਰ ਹਾਂ ਜਿਵੇਂ ਜੋ ਕਹੂਗੀ ਸਰਕਾਰ ਅਸੀਂ ਉਹਨਾਂ ਦੇ ਹਿਸਾਬ ਨਾਲ ਆਉਂਦੇ ਹਾਂ ਮੈਂ ਸੁਝਾਣਾ ਚਾਹੁੰਦਾ ਵੀ ਇਹ ਸਰਕਾਰ ਇਹ ਕਹਿੰਦੀ ਸੀਗੀ ਵੀ ਅਸੀਂ ਆਮ ਲੋਕਾਂ ਨੂੰ ਰੋਜ਼ਗਾਰ ਦੇਵਾਂਗੇ ਤਕੜੀਆਂ ਜ਼ਮੀਨਾਂ ਖੋਵਾਂਗੇ ਤੇ ਤੁਹਾਡੇ ਤਾਂ ਤੁਸੀਂ ਕਹਿੰਦੇ ਵੀ ਸਾਡੇ ਤਾਂ ਸਾਰੇ 400 ਘਰਾਂ ਕੋਲੇ 300 ਕਿੱਲਾ ਜ਼ਮੀਨ ਹੈ ਕਿੱਲਾ ਕਿੱਲੇ ਤੋਂ ਵੀ ਘੱਟ ਪਹੁੰਚਦੀ ਹੈ ਕਿਸੇ ਕੋਲੇ ਐ ਤੇ ਫਿਰ ਇਹ ਕਿਵੇਂ ਦੇਖਦੇ ਸਰਕਾਰ ਦੇ ਰੋਖ ਇਹ ਸਰਕਾਰ ਦੇ ਰੋਖ ਨੂੰ ਉਹੀ ਤਾਂ ਅਸੀਂ ਦੇਖਦੇ ਆ ਇਹ ਤਾਂ ਫਿਰ ਐ ਉਹ ਜਿਹੜੀ ਤੁਸੀਂ ਪਾਜੀ ਪੁਲ ਉਹਨਾਂ ਨੇ ਪਾਲਿਸੀ ਕਹੀ ਸੀ ਇਹ ਉਲਟ ਕਰਤੀ ਗਰੀਬਾਂ ਤੋਂ ਖੋ ਕੇ ਅਸੀਂ ਵੇਰਕਾਂ ਨੂੰ ਦੇ ਰਿਆਂ ਵੇਰਕਾਂ ਦੇ ਵਿੱਚ ਦੇਖੋ ਮਾਈਂਡ ਹੁੰਦੀ ਸੋਚ ਹੈ ਵੇਰਕਾਂ ਦੇ ਵਿੱਚ ਜੇਕਰ ਅਸੀਂ ਵੇਰਕਾਂ ਦੀ ਗੱਲ ਕਰਦੇ ਆ ਬਹੁਤ ਵੱਡੀ ਇੰਡਸਟਰੀ ਹੈ ਉਹਨਾਂ ਦੀ ਬਹੁਤ ਵੱਡੀ ਇੰਡਸਟਰੀ ਹੈ ਮੈਂ ਹਮਨੇ ਇਹ ਕਿਹਾ ਕਿ ਸਭ ਦੀ ਪੰਜਾਬ ਦੀ ਸਭ ਤੋਂ ਵੱਡੀ ਇੰਡਸਟਰੀ ਇੱਥੇ ਫਿੱਟ ਕੀਤੀ ਜਾਊਗੀ ਲਾਈ ਜਾਊਗੀ ਹੁਣ ਤੁਸੀਂ ਇਹ ਦੇਖੋ ਕਿ ਜੇ ਇਹ ਵਿਰਕਾਂ ਨੂੰ ਦਿੰਦੇ ਆ ਸ਼ੇਅਰ ਹੁੰਦੇ ਆ ਇਹਨਾਂ ਦਾ ਸ਼ੇਅਰ ਕਿੰਨਾ ਜਾ ਰਿਹਾ ਸਾਨੂੰ ਗਰੀਬਾਂ ਕੋਲੋਂ ਖੋ ਕੇ ਸ਼ੇਰ ਤਾਂ ਉਧਰੋਂ ਲੈ ਰਹੇ ਆ ਪੈਸੇ ਤੇ ਕਮਾ ਰਹੇ ਆ ਸਾਨੂੰ ਕੀ ਮਿਲ ਰਿਹਾ ਸਾਡੇ ਤਾਂ ਬੱਚੇ ਮਰਨ ਮਰਨ ਲਈ ਤਿਆਰ ਹੋਏ ਪਏ ਆ ਸਾਨੂੰ ਅੱਜ ਰੋੜਾ ਤੇ ਬਿਠਾਦਾ ਤੁਸੀਂ ਇਹ ਜਿਹੜੀ ਪਾਰਟੀ ਸੀ ਆਮ ਆਦਮੀ ਪਾਰਟੀ ਸੀ ਅਸੀਂ ਵੀ ਹਮਾਇਤ ਕੀਤੀ ਸੀ ਇਹਨਾਂ ਨੇ ਇਹ ਗੱਲ ਕੀਤੀ ਸੀ ਕਿ ਅਸੀਂ ਸਾਡੇ ਐਮਐਲਏ ਚੱਲ ਕੇ ਜਾਣਗੇ ਤੁਹਾਡੀ ਸਮੱਸਿਆ ਨੂੰ ਪਰ ਅਸੀਂ ਚੱਲ ਕੇ ਗਏ ਸੀ ਸਾਡੀ ਸਮੱਸਿਆ ਤਾਂ ਛੱਡੋ ਮਤਲਬ ਕੀ ਕੀ ਉਹਨਾਂ ਕਰ ਦਿੱਤਾ ਕਿਹੜਾ ਆਮ ਆਦਮੀ ਕਿਹੜੇ ਕਿਹੜੇ ਆਈਐਨਏ ਦੇ ਦੇਖੋ ਕਿਹੜਾ ਕੋਈ ਕਾਰਪੋਰੇਟ ਘਰਾਣੇ ਵਾਲਾ ਜਾਂ ਪੋਲੀਟੀਸ਼ੀਅਨ ਸਾਰੇ ਆਮ ਆਦਮੀ ਆ ਨਾ ਕਿੰਦੀ ਹਮਾਇਤ ਕਰ ਰਿਹਾ ਉਹ ਉਲਟਾ ਧਮਕੀਆਂ ਕਿਹੜੇ ਗੱਲ ਦੇ ਅਸੀਂ ਹੱਦੇ ਹੱਕ ਲਈ ਪਰਚੇ ਸਾਨੂੰ ਠੋਕ ਜਾਨਗੇ ਫਿਰ ਅਸੀਂ ਐਂ ਕਰੋ ਸਾਡਾ ਆ ਪਾਕਿਸਤਾਨ ਨਾਲ ਲੰਗਾ ਜਾ ਖੋਲ ਦਿਓ ਅਸੀਂ ਸਾਰੇ ਉਧਰ ਸਾਨੂੰ ਮਾਰ ਦਿਓ ਜਾਂ ਫਿਰ ਇੱਥੇ ਆ ਕੇ ਗੋਲੀਆਂ ਨਾਲ ਮਾਰ ਦਿਓ ਸਾਨੂੰ ਦੋ ਕੰਮ ਆ ਜੀ ਸਾਡੇ ਕੋਲ ਤਾਂ ਅਸੀਂ ਹਾਂਜੀ ਪਹਿਲਾਂ ਉੱਥੋਂ ਉਜੜ ਕੇ ਆਏ ਜਿਵੇਂ ਲਤੀਫਪੁਰਾ ਦੇ ਵਿੱਚ ਹੋਇਆ ਵੀ ਜਲੰਧਰ ਤੇ ਉਹ ਵੀ ਪਾਕਿਸਤਾਨ ਚੋਂ ਉਜੜ ਕੇ ਆਏ ਪਹਿਲਾਂ ਉੱਥੋਂ ਉਜੜ ਕੇ ਆਏ ਹੁਣ ਤੁਹਾਨੂੰ ਫਿਰ ਕਹਿੰਦੇ ਵੀ ਇੱਥੋਂ ਵੀ ਜਾੜਨਾ ਹਾਂਜੀ ਜੀ ਫਿਰ ਉਜਾੜਨ ਲਈ ਇਹ ਗੱਲ ਆਣਾ ਜੀ ਸਾਡਾ ਤੁਸੀਂ ਮੈਨੂੰ ਦੱਸੋ ਗੈਂਗਸਟਰ ਦੀ ਗੱਲ ਕਰਦੇ ਹੋ ਅੱਜ ਮੈਂ ਰੋਟੀ ਖਾ ਰਿਹਾ ਮੇਰੇ ਤੋਂ ਰੋਟੀ ਛੀ ਕੀ ਕਰਨਗੇ ਰੋਟੀ ਦਾ ਮਰਨਾ ਤਾਂ ਕਰਨਾ ਹੀ ਢਿੱਡ ਦਾ ਮਰਨਾ ਕਰਨਾ ਭਾਜੀ ਉਹ ਅਸੀਂ ਅਸੀਂ ਕਿਵੇਂ ਕਰਾਂਗੇ ਫਿਰ ਗੈਂਗਸਟਰ ਜੇ ਬਣਦੇ ਕਿਥੋਂ ਇਹ ਸਰਕਾਰਾਂ ਹੀ ਬਣਾਉਂਦੀਆਂ ਸਰਕਾਰਾਂ ਹੀ ਬਣਾਉਂਦੀਆਂ ਸਰਕਾਰਾਂ ਹੀ ਨਜਾਇਜ਼ ਪਰਚੇ ਕਰਾਉਂਦੀਆਂ ਅੱਜ ਜੇ ਮੈਂ ਬੋਲਣ ਵਾਲਾ ਖੜਾ ਮੈਂ ਨੌਜਵਾਨਾਂ ਵਿੱਚ ਬੋਲਣ ਵਾਲਾ ਖੜਾ ਮੇਰੇ ਤੇ ਪਰਚਾ ਹੋ ਜਾਊਗਾ ਤਾਂ ਮੇਰਾ ਕੀ ਫਿਊਚਰ ਹੈ ਜੌਬ ਦੇ ਰਿਹਾ ਕਿ ਪਰਚੇ ਕਰਾ ਰਿਹਾ ਸਾਨੂੰ ਘਰੇ ਬਿਠਾ ਰਿਹਾ ਹਾਂ ਇਹ ਚੀਜ਼ ਦਾ ਜੀ ਭਗਵੰਤ ਮਾਨ ਕਹਿੰਦੇ ਸੀ ਵੀ ਸਰਕਾਰ ਪਿੰਡਾਂ ਚੋਂ ਸੱਥਾਂ ਚ ਚੱਲੂਗੀ ਆਮ ਲੋਕਾਂ ਦੀ ਸਰਕਾਰ ਉਹ ਤੁਸੀਂ ਇੰਨੇ ਬੰਦੇ ਇਕੱਠੇ ਹੋਏ ਬੈਠੇ ਆ ਸਾਥੀ ਇੱਕ ਹਸਾਬ ਦੀ ਸਰਪੰਚ ਵੀ ਕਹਿੰਦੇ ਤੁਹਾਡੇ ਆ ਤੇ ਫਿਰ ਇਹ ਪਿੰਡਾਂ ਚੋਂ ਸੱਥਾਂ ਚ ਚੱਲ ਰਹੀ ਆ ਸਰਕਾਰ ਹਾਂ ਉਹੀ ਤਾਂ ਸੱਥਾਂ ਤੋਂ ਨਹੀਂ ਉਧਰੋਂ ਚੱਲ ਰਹੀ ਆ ਹੁਣ ਮੈਂ ਇੱਕ ਗੱਲ ਕਹਿਣਾ ਚਾਹਣਾ ਭਗਵੰਤ ਮਾਨ ਮਾਨ ਸਰਕਾਰ ਪਹਿਲਾਂ ਅਸੀਂ ਸਾਡੇ ਪੰਜਾਬ ਦਾ ਮਾਨ ਅਸੀਂ ਮੰਨਦੇ ਸੀ ਸਾਡੇ ਘਰਾਂ ਚ ਆਉਂਦੇ ਹੁੰਦੇ ਸੀ ਰੋਟੀਆਂ ਖਾਂਦੇ ਸੀ ਸਾਨੂੰ ਐਂ ਲੱਗਦਾ ਸੀ ਸਾਡੇ ਆਪਦੇ ਆ ਕਿਉਂਕਿ ਲੀਡਰ ਕਦੇ ਐਂ ਆਉਂਦੇ ਨਹੀਂ ਉਹ ਆਉਂਦੇ ਪਰ ਸਾਨੂੰ ਤਾਂ ਐ ਹੋ ਗਿਆ ਕਿ ਕਿੰਨੇ ਟਾਈਮ ਤੋਂ ਅੱਜ ਸਾਨੂੰ ਕਾਫੀ ਟਾਈਮ ਹੋ ਕੋਈ ਕਰਿੰਦਾ ਆਇਆ ਹੀ ਨਹੀਂ ਸਾਡੇ ਨਾਲ ਗੱਲ ਤਾਂ ਕਰੋ ਸਾਡੀ ਸਮੱਸਿਆ ਤਾਂ ਸੁਣੋ ਅਸੀਂ ਪਾਗਲ ਆ ਯਾਰ ਜਿਹੜੇ ਇੱਥੇ ਬੈਠੇ ਆ ਅਸੀਂ ਆਪਦਾ ਕੰਮ ਕਾਰ ਛੱਡ ਕੇ ਸਾਰੇ ਇੱਥੇ ਆਏ ਬੈਠੇ ਆ ਸਾਰੇ ਵਿਚਾਰੇ ਕਿਰਤੀ ਕਰਨ ਵਾਲੇ ਕਿਸਾਨ ਆ ਕੀ ਕਰਨ ਇਹ ਸਾਨੂੰ ਜਿਆਦਾ ਮਾਰ ਦਿਓ ਯਾਰ ਸਾਡੇ ਨੂੰ ਕੁਝ ਤਾਂ ਦਿਓ ਸਾਨੂੰ ਮਾਰ ਦਿਓ ਜਾਂ ਫਿਰ ਹੋਰ ਤਾਂ ਹਾਲ ਹੈ ਨਹੀਂ ਸਾਡੇ ਕੋਲ ਅੱਛਾ ਇਹ ਸਰਕਾਰ ਜਿਹੜੇ ਤੁਹਾਡੇ ਐਮਐਲਏ 골ਡੀ ਮਤਲਬ ਤੁਹਾਡੇ ਪਿੰਡ ਚੋਂ ਹੀ ਵੋਟ ਵਧੀਆਂ ਪਈ ਸੀ ਇਹਨਾਂ ਨੂੰ ਭਾਜੀ ਵੋਟ ਬਹੁਤ ਵਧੀਆਂ ਪਈ ਆ ਮੇਰੇ ਖਿਆਲ ਚ 80% ਤੋਂ ਪਲੱਸ ਗਈ ਆ ਵੋਟ ਉਹਦਾ ਨਤੀਜਾ ਫਿਰ ਤੁਹਾਨੂੰ ਮਿਲ ਰਿਹਾ ਹਾਂ ਬਿਲਕੁਲ ਮਿਲ ਰਿਹਾ ਉਹਨਾਂ ਦੀ ਵਰਲਡਿੰਗ ਸਾਨੂੰ ਸਾਨੂੰ ਕਹਿੰਦੇ ਸਾਡੀ ਹਮਾਇਤ ਕਰਨ ਦੀ ਬਜਾਏ ਭਾਜੀ ਹਮਾਇਤ ਕਰਦੇ ਉਹਨਾਂ ਨੇ ਸਾਡੀ ਉਹਨਾਂ ਨੇ ਤਸੱਲੀ ਕਰਾ ਦਿੱਤੀ ਉੱਥੇ ਜਾ ਕੇ ਕਿ ਤੁਹਾਡੇ ਦੇ ਪਰਚੇ ਕਰਾ ਦਾਂਗੇ ਕੀ ਕੀ ਹੋਊਗਾ ਤੁਸੀਂ ਦੱਸੋ ਸਾਡਾ ਕੀ ਫਿਊਚਰ ਆ ਫਿਰ ਇਸ ਲਈ ਹਾਂਜੀ ਮਾਤਾ ਤੁਹਾਡੀ ਉਮਰ ਕਿੰਨੀ ਆ ਮੇਰੇ 60-70 ਸਾਲ ਕੀ 60-70 ਸਾਲ ਹੋ ਗਏ ਇਹ ਤੋਂ ਵੀ ਜ਼ਿਆਦਾ ਹੈ ਇਹ ਤੋਂ ਵੀ ਜ਼ਿਆਦਾ ਹਾਂ ਜੀ ਤੁਸੀਂ ਇੱਥੇ ਕਦੋਂ ਕੀ ਵੇਖਿਆ ਜਿਹੜਾ ਇੱਥੇ ਹਾਲਾਤ ਕੀ ਸੀ ਅਸੀਂ ਵੇਖੇ ਵੀ ਬੂਟੇ ਪੱਟਣ ਜਾਂਦੇ ਸੀ ਨਾ ਜਦੋਂ ਹੱਦ ਬਜ਼ੁਰਗ ਅਸੀਂ ਮਗਰ ਰੋਟੀਆਂ ਲੈ ਜਾਂਦੇ ਸੀ ਰਾਹ ਨਹੀਂ ਇੱਥੇ ਹੁੰਦਾ ਸੀ ਚੱਲ ਬੂਟ ਹੁੰਦੇ ਸੀ ਵਿੱਚੋਂ ਲੱਗ ਲੱਗ ਤੇ ਜਾਂਦੇ ਸੀ ਤੇ ਪੱਟਣ ਅੱਗੋਂ ਪਿੱਛਾਂ ਨੂੰ ਲੱਗੇ ਆ ਸੀ ਪੱਟ ਪੱਟ ਕੇ ਇੱਥੋਂ ਤਾਈ ਅਸੀਂ ਬਣਾਈ ਪੈ ਲਈ ਬਜ਼ੁਰਗਾਂ ਨੇ ਵੀ ਅਸਾਂ ਵੀ ਜਦੋਂ ਸਾਦਾ ਰੋਟੀ ਖਾਣ ਦਾ ਵੇਲਾ ਆਇਆ ਨਾ ਤੇ ਗੋਲਡੀ ਦੇ ਘਰ ਵਾਲੀ ਨੇ ਸਾਨੂੰ ਕਹਿ ਦਿੱਤਾ ਬੀ ਇਹ ਤਾਂ ਕਬਜਾ ਮੇਰਾ ਹੈ ਅਸੀਂ ਆਖਿਆ ਤੇਰਾ ਨਹੀਂ ਹੈਗਾ ਇੱਥੇ ਹਿੰਮਤ ਨਹੀਂ ਤੇਰੀ ਪੈਂਦੀ ਇੱਥੇ ਵੜ ਜਾਵੇਂ ਅਸੀਂ ਆਗੂ ਖੜੇ ਆ ਮੈਂ ਖੜੀ ਖੱਟ ਤੇ ਆਓ ਜੀ ਅਸੀਂ ਜਾਂ ਮਰ ਜਾਣਾ ਜੇ ਮਾਰ ਦੇਣਾ ਜਾਂ ਮਰ ਜਾਣਾ ਜੇ ਮਾਰ ਦੇਣਾ ਅਸੀਂ ਕਬਜਾ ਨਹੀਂ ਛੱਡਣਾ ਹਾਂ ਇੱਥੇ ਹੀ ਹਾਂ ਸਤਿ ਸ੍ਰੀ ਅਕਾਲ ਮਤਾ ਇੱਕ ਇਹ ਤੋਂ ਪਹਿਲਾਂ ਵੀ ਸਰਕਾਰਾਂ ਰਹੀਆਂ ਪਹਿਲਾਂ ਕੋਈ ਸਰਕਾਰ ਆਈ ਐ ਕਹਿ ਕਹਿਣ ਵੀ ਵੀ ਭਾਈ ਤੁਸੀਂ ਉਠੋ ਵੀ ਹੁਣ ਤੂੰ ਜਮੀਨ ਤੁਹਾਡੀ ਖੋਣੀ ਆ ਤੇ ਆ ਨਹੀਂ ਸਾਨੂੰ ਨਹੀਂ ਜੀ ਨਹੀਂ ਜੀ ਐਨੇ ਪਹਿਲਾਂ ਸਾਡੇ ਚੰਨ ਚੜਾ ਹੈ ਹਾਂ ਇਹ ਦੁੱਕੀ ਦਿੱਤੀ ਹੀ ਨਹੀਂ ਇਹ ਦੁੱਕੀ ਦਿੱਤੀ ਸਾਡੇ ਵਾਸਤੇ ਵਜ ਰਹੀ ਹੈ ਆਹ ਬੋਲੋ ਸੋਨਿਆ ਇਹਨੇ ਹਨ ਨੂੰ ਦੁਖੀ ਕਰ ਛੱਡਿਆ ਇਹ ਤਾਂ ਕਹਿੰਦੇ ਸੀ ਅਸੀਂ ਗਰੀਬਾਂ ਦੀ ਸਰਕਾਰ ਆ ਆਮ ਲੋਕਾਂ ਦੀ ਭਗਵੰਤ ਮਾਨ ਕਹਿੰਦੇ ਸੀ ਮੈਂ ਗਰੀਬ ਐ ਗਰੀਬ ਘਰ ਚੋਂ ਐ ਮੈਂ ਜਾਣਦਾ ਦੁੱਖ ਦਰਦ ਤੇ ਅਸੀਂ ਤਾਂ ਆਖਿਆ ਗਰੀਬਾਂ ਕਰਤੇ ਉਹਨੇ ਹਨ ਨੂੰ ਆਖਿਆ ਸੀ ਨਾ ਵੰਗਾਰਾ ਸੀ ਤੇ ਹੀ ਉਟਾਉ ਨੂੰ ਪਾਹਿਆ ਸੀ ਅਸੀਂ ਗਰੀਬ ਸੀ ਅਸੀਂ ਆਖੇ ਚਲੋ ਸਾਦੀ ਮਮਤ ਕਰੇ ਦੀ ਉਹਨੇ ਸਾਦੇ ਖੇਰ ਨੂੰ ਆਈ ਸਾਦੇ ਪੈਰ ਵੱਡੇ ਹਨ ਨੂੰ ਖੇਰ ਚ ਘਾੜੀਆਂ ਮਾਰੀਆਂ ਉਹਨੇ ਹਾਰੇ ਤੇ ਖੇਰ ਤੇ ਆਰੇ ਵਗਾ ਦਿੱਤੇ ਰੋਟੀ ਉਹਨੇ ਚੱਕ ਲਈ ਸਾਦੇ ਅੱਗੂ ਹਾਬ ਨਾਲ ਪਰ ਅਸੀਂ ਚੱਕਣ ਨਹੀਂ ਦੇਣੀ ਚੱਕ ਨਹੀਂ ਦੇਣੀ ਨਹੀਂ ਚੱਕਣ ਦੇਣੀ ਜੇ ਮਰ ਜਾਣਾ ਜੇ ਮਾਰ ਦੇਣਾ ਇਹ ਤਿਆਰੀ ਹੈ ਹਾਂ ਹਾਂ ਤਾਂ ਸਾਨੂੰ ਮਤਲਬ ਸਰਪੰਚਾਂ ਨੂੰ ਇਹ ਬਿਆਨ ਆ ਰਹੇ ਆ ਮੈਂ ਚਲੋ ਮੈਂਸ਼ਨ ਨਹੀਂ ਕਰਨਾ ਚਾਹੁੰਦਾ ਆਫੀਸਰਸ ਨੂੰ ਉਹ ਸਾਨੂੰ ਇਹ ਬਿਆਨ ਦੇ ਰਹੇ ਆ ਕਿ ਫੋਨ ਕਰਕੇ ਕਹਿ ਰਿਹਾ ਹੈ ਤੁਹਾਡੇ ਬਿਆਨ ਲਈ ਜਾਉਂਗੇ ਜੇ ਤੁਸੀਂ ਪਿੰਡਲ ਦੇ ਹਮਾਇਤ ਚ ਖੜੇ ਤੁਹਾਨੂੰ ਸਸਪੈਂਡ ਕਰ ਦਿੱਤਾ ਜਾਊਗਾ ਜੇ ਅੱਜ ਸਾਡਾ ਸਰਪੰਚ ਸਾਡੇ ਨਾਲ ਹੈ ਸਾਡੀ ਪਾਵਰ ਹੈ ਉਹਨੂੰ ਵੀ ਸਰਪੰਚ ਹਾਂ ਡੀਡੀਪ ਨੇ ਕੀ ਆਏ ਡੀਡੀਪ ਨੇ ਧਮਕੀ ਵੀ ਦਿੱਤੀ ਜੇਕ ਪੰਚਾਇਤ ਨਾਲ ਖੜੋਵੇਗੀ ਤੇ ਅਸੀਂ ਸਸਪੈਂਡ ਕਰ ਦਾਂਗੇ ਪੂਰੀ ਪੰਚਾਇਤ ਨੂੰ ਇੱਕ ਪੰਚਾਇਤ ਪੰਡ ਵਾਲਾ ਨਾਲ ਖੜੂਗੀ ਜਿਨ੍ਹਾਂ ਨੇ ਚੁਣੀ ਆ ਤਾਂ ਅਸੀਂ ਕਰ ਦਿਆਂਗੇ ਦੋਵੇਂ ਪੰਚਾਇਤਾਂ ਨਾਲ ਟਾਣੀ ਪੰਜਾਬਪੁਰਾ ਵਿੱਚੋਂ ਹੀ ਪੰਚਾਇਤ ਬਣੀ ਬਗੇ ਘੇਠਾੜ ਦੇ ਵਿੱਚੋਂ ਦੋਵੇਂ ਪੰਚਾਇਤਾਂ ਨਾਲ ਖੜੀਆਂ ਨੇ ਹਾਂ ਜੀ ਜੀ ਕੱਲ ਨੌਜਵਾਨੋ ਮੈਂ ਇੱਕ ਸਵਾਲ ਲੈਂਦਾ ਨੌਜਵਾਨੋ ਤੁਸੀਂ ਨੌਜਵਾਨਾਂ ਦੀ ਆਮਦਵੀ ਪਾਰਟੀ ਨੂੰ ਬੜੀ ਹਮਾਇਤ ਸੀ ਨੌਜਵਾਨ ਕਹਿੰਦੇ ਸੀ ਬਦਲਾ ਆਊਗਾ ਇਨਕਲਾਬ ਆਊਗਾ ਕਿਵੇਂ ਦੇਖ ਰਹੇ ਹੋ ਇਨਕਲਾਬ ਨੂੰ ਬੜੇ ਬੁਰੇ ਹਾਲ ਸਾਰੇ ਹੁਣ ਕੱਲ ਵੀ ਗਿਆ ਸੀ ਪਹਿਲਾ ਡੀਡੀਪੀ ਦਫਤਰੋਂ ਤਾਂ ਉਹਨਾਂ ਕਹਿੰਦੇ ਕੱਲ ਤੋਂ ਡਿਆਵਾਂਗੇ ਬਿਆਨ ਲਵਾਵਾਂਗੇ ਜੇ ਤੁਸੀਂ ਪਿੰਡ ਵੱਲੋਂ ਬਿਆਨ ਦਿੰਦੇ ਹੋ ਤੇ ਤੁਹਾਨੂੰ ਥੋੜੀ ਪੂਰੀ ਪੰਚਾਇਤ ਨੂੰ ਜਾਨੀ ਕਿ ਸਸਪੈਂਡ ਕਰ ਦਿੱਤਾ ਜਾਵੇਗਾ ਹਾਂਜੀ ਮਤਲਬ ਜ਼ਮੀਨ ਅਸੀਂ ਖੋਣੀ ਹੈ ਪੰਚਾਇਤ ਵੀ ਫਾਸੇ ਕਰਨੀ ਪਾਜੇ ਕਰਨੀ ਪਾਜੇ ਤੁਹਾਡੇ ਨਾਲ ਵੀ ਜੋ ਕਰਨਾ ਪਾਜੇ ਕਰਨਾ ਹਾਂਜੀ ਹਾਂਜੀ ਐਮਐਲ ਦਫਤਰ ਵੀ ਗਿਆ ਸੀ ਉੱਥੇ ਵੀ ਉਹਨਾਂ ਦੇ ਗੋਲਡੀ ਦੇ ਕਰਦੇ ਨੇ ਇਹੀ ਗਿਆ ਸੀ ਵੀ ਪੰਚਾਇਤ ਸਾਡੇ ਨਾਲ ਕਹਿੰਦੀ ਨਹੀਂ ਪੰਚਾਇਤ ਨੇ ਲਿਖ ਦਿੱਤਾ ਅਲੱਗ ਹੀ ਪੰਚਾਇਤ ਨੇ ਕੋਈ ਮਤਾ ਪਾ ਕੇ ਨਹੀਂ ਦਿੱਤਾ ਇਹ ਸਾਨੂੰ ਗੁੰਮਰਾਹ ਕੀਤਾ ਜਾਂਦਾ ਪਿਆ ਹੈ ਗੁੰਮਰਾਹ ਕੀਤਾ ਹਾਂ ਜੀ ਜੀ ਇੱਥੇ ਮੁਲਾਜ਼ਮ ਆਏ ਸੀ ਜਦੋਂ ਕੋਈ ਨਿਸ਼ਾਨਦੇਹੀ ਕਰਨ ਉਹਦੋਂ ਵੀ ਕਿਹਾ ਸੀ ਵੀ ਸਾਨੂੰ ਕੋਈ ਵਿਖਾਓ ਤਾਂ ਸੀ ਪੰਚਾਇਤ ਨੇ ਕੋਈ ਦਿੱਤਾ ਉਲਟਾ ਇਹ ਕਹਿ ਦਿੱਤਾ ਗਿਆ ਹੈ ਵੀ ਪੰਚਾਇਤ ਨੇ ਇਹ ਕਬਜ਼ਾ ਛੜਾਣਾ ਚਾਹੁੰਦੀ ਹੈ ਨਿਸ਼ਾਨ ਦੀ ਉਹ ਕਰਾ ਲਈ ਪੰਚਾਇਤ ਨੂੰ ਬਦਨਾਮ ਕੀਤਾ ਜਾ ਰਿਹਾ ਹੈ ਪੰਚਾਇਤ ਨੂੰ ਬਦਨਾਮ ਹਾਂ ਤੇ ਉਲਟਾ ਤੁਮ ਉਲਟ ਖੜਾ ਕੀਤਾ ਹਾਂ ਜੀ ਜੀ ਜੇ ਪੰਚਾਇਤ ਨਾਲ ਖੜੋਂਦੀ ਦਿੱਤਾ ਸਰਪੰਚ ਨੇ ਹਾਂ ਜੀ ਇਹ ਮੇਰੇ ਡਾਡੀ ਇਹ ਤੁਹਾਡਾ ਬੇਟਾ ਹਾਂਜੀ ਮੇਰੇ ਬੇਟਾ ਮਤਲਬ ਪੰਚਾਇਤ ਸਰਪੰਚ ਨਾਲ ਖੜਿਆ ਤੇ ਸਰਕਾਰ ਇਹ ਕਹਿ ਰਹੀ ਹੈ ਵੀ ਜੇ ਨਾਲ ਖੜੇ ਫਿਰ ਤੁਹਾਨੂੰ ਸਸਪੈਂਡ ਕਰ ਹਾਂਜੀ ਹਾਂਜੀ ਮਤਲਬ ਤੁਹਾਡੇ ਪਤਨੀ ਆ ਹਾਂ ਵੀ ਉਹ ਕਹਿੰਦੇ ਇਹਨਾਂ ਨੂੰ ਸਸਪੈਂਡ ਕਰ ਸਸਪੈਂਡ ਕਰਕੇ ਜਾ ਜਾਵੇਗਾ ਕਰ ਦਿੱਤਾ ਜਾਵੇਗਾ ਮਾਤਾ ਇਹ ਸਰਕਾਰ ਤੋਂ ਤਸਮੀ ਸੀ ਵੀ ਲੋਕਾਂ ਦੇ ਕਹਿੰਦੇ ਵੀ ਮੁੰਡ ਬੱਚਿਆਂ ਨੂੰ ਰੋਜ਼ਗਾਰ ਮਿਲੂਗੀ ਮਾਤਾਵਾਂ ਨੂੰ ਹਜ਼ਾਰ ਹਜ਼ਾਰ ਰੁਪਏ ਦੇਵਾਂਗੇ ਤੇ ਫਿਰ ਥੋੜੇ ਤਾਂ ਕਹਿੰਦੇ ਵੀ ਜਿਹੜੇ ਮਾੜੇ ਮੋਟੇ ਹਾਂ ਅੱ데 ਤਾਂ ਕਿਹੜਾ ਖਾਂਦੇ ਪਏ ਉਹ ਵੀ ਸਾਡੇ ਕੋਲ ਚੱਕ ਰਹੀ ਹੈ ਤੇ ਦੇਣਾ ਉਹਨਾਂ ਕੀ ਉਹਨਾਂ ਦੇਣਾ ਕੀ ਉਹ ਚੱਕਰੀ ਸਾਡੇ ਅੱਗੋਂ ਅਸੀਂ ਉਹਨੂੰ ਬਰ ਖਿਲਾਫ ਕਹਿ ਰਿਹਾ ਏ ਟਾਈਮ ਅਸੀਂ ਮਰਦ ਦੇਣਾ ਜਾਂ ਮਰ ਜਾਣਾ ਏ ਸਾਦੀ ਖੜੀ ਬਾਹ ਨਹੀਂ ਟਿਕਣਾ ਇੱਥੇ ਆ ਗਈ ਅਸੀਂ ਨਹੀਂ ਹੁੰਦਾ ਇੱਕ ਜੁੰਡਾ ਵੀ ਛੱਡਦਾ ਹਾਂ ਸਾਦੀ ਕਮਾਈ ਕੀਤੀ ਵਈਏ ਸਾਦੇ ਹੱਥਾਂ ਦੀ ਪੱਟੀ ਹੋਈਏ ਹੱਥਾਂ ਨਾਲ ਸਾਸ਼ਤਰ ਜੀ ਵੀ ਆਪਦੇ ਹੱਥਾਂ ਨਾਲ ਤੁਸੀਂ ਇੱਕ ਮਿੰਟ ਤੁਸੀਂ ਮਾਤਾ ਉਹ ਤੇਰੇ ਕੋਲੇ ਕਿੰਨੀ ਪੈਲੀ ਹੈ ਜੇ ਕਹਿੰਦੇ ਮੇਰੇ ਕੋਲ ਸਾਰੀ ਤਿੰਨ ਕਿਲੇ ਦੇ ਦੋ ਘਰਾ ਕੋਲੇ ਦੋ ਘਰਾ ਕੋਲੇ ਦੋ ਘਰਾ ਕੋਲ ਤਿੰਨ ਕਿਲੇ ਡੇਢ ਡੜ ਕਿਲੇ ਅਗਰ ਦੋ ਦੋ ਹੱਦੇ ਮੁੰਡੇ ਨਹੀਂ ਅੱਛਾ ਮਤਲਬ ਕੋਈ ਬਾੜੇ ਅਮੀਰ ਨਹੀਂ ਤੁਸੀਂ ਨਾ 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 ਗਰੀਬ ਹੈ ਗਰੀਬ ਹੈ ਗਰੀਬ ਤੁਹਾਡੇ ਤੁਹਾਡੇ ਕੋਲੇ ਸਾਡੇ ਕੋਲ ਵੀ ਨਹੀਂ ਹੈ ਹਾਂ ਬਸ ਦੋ ਮੁੰਡੇ ਨੇ ਐਵੇਂ ਆਦੀ ਦੋ ਨੌਕਰੀ ਦਿੱਤੀ ਸਰਕਾਰ ਨੇ ਕੋਈ ਨਹੀਂ ਦਿੱਤੀ ਕੁਛ ਨਹੀਂ ਦਿੱਤਾ ਬਣਾ ਕੋਈ ਨਹੀਂ ਦਿੱਤੀ ਇੱਥੇ ਬਹਿਣਾ ਹੀ ਦਿੱਤੀ ਹੁੰਦੀ ਮੁੰਡਿਆਂ ਨੂੰ ਨੌਕਰੀ ਤਾਂ ਬੱਚਿਆਂ ਵਾਲੇ ਉਹ ਅਸੀਂ ਕਿਹੜੀ ਗੱਲ ਭੁੱਖੇ ਮਾਣੇ ਪਰਸੋਂ ਦੇ ਤੇ ਪਿੱਟਣ ਲੱਗੇ ਬੱਚੇ ਸਾਡੇ ਭੁੱਖੇ ਮਰ ਗਏ ਆਦੇ ਬੱਚੇ ਭੁੱਖੇ ਮਰ ਗਏ ਕਿਹੜੀ ਗੱਲ ਪਿੱਟਦੇ ਪਏ ਆ ਛੱਪ ਲਮਕਦੇ ਹੀ ਸਾਡੇ ਬਡੇਰਿਆਂ ਦਾ ਇੱਥੇ ਇੱਕ ਚੱਕ ਪਾਉਂਦਾ ਹੈ ਇੱਥੇ ਪਾਉਂਦਾ ਹੈ ਤੇ ਦਰੂਤ ਰਾਤ ਅਸੀਂ ਸਰਕਾਰ ਕਰਦੇ ਹਾਂ ਬੁੱਢੜਿਆਂ ਨੂੰ ਤੇ ਆ ਸਾਡੇ ਨਾਲ ਤੋਈ ਪਈ ਪਹਿਲਾਂ ਪਾਕਿਸਤਾਨ ਚ ੁੱਟੜ ਕੇ ਆਏ ਆ ਉਹ ਬਈ ਵਡੇਰੇ ਇਹ ਕੇ ਅਸੀਂ ਪਿੱਛੇ ਹਾਂ ਵਡੇਰੇ ਅੱਜ ਅੱਜ ਮਤਲਬ ਫੇਰ ਤੁਹਾਨੂੰ ਯਾੜਿਆ ਜਾ ਰਿਹਾ ਆ ਹਾਂ 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 ਬਾਹਰੋਂ ਹੀ ਆਏ ਆ ਤੇ ਆ ਵਡੇਰੇ ਬੈਠੇ ਦੇ ਕੋਈ ਟੁਰ ਗਏ ਸਾਡੇ ਵਡੇਰੇ ਹਾਰੇ ਟੁਰ ਗਏ ਇਹ ਮੇ ਟੁਰ ਗਏ ਹੁਣ ਬੱਚੇ ਨਿੱਕੇ ਨਿੱਕੇ ਰਹੇ ਗਏ ਨੇ ਬੱਚਿਆਂ ਨੂੰ ਅਜੇ ਭਰਾਵਾ ਕੋਈ ਸੁਝਣਾ ਨਹੀਂ ਹੈਗੀ ਵੀ ਕੀ ਕਰਨਾ ਤੇ ਕੀ ਨਹੀਂ ਹੈ ਤੇ ਆ ਜਿਹਦਾ ਸਾਡੇ ਸ਼ਹਿਰ ਤੇ ਹੁਣ ਗੋਲਾ ਵੱਜਦਾ ਹੈ ਹੁਣ ਬੱਚੇ ਵੀ ਖਾਂਡ ਹੋ ਗਏ ਨੇ ਪਰਸੋਂ ਦੇ ਜਿਹੜੇ ਭੁੱਖੇ ਬਾਣੇ ਬੈਠੇ ਆ ਪਰਸੋਂ ਦੇ ਬੱਚੇ ਵੀ ਕੋਈ ਆਇਆ ਕੋਈ ਅਫਸਰ ਲੀਡਰ ਕੋਈ ਆਇਆ ਵੀ ਭਾਈ ਗੱਲ ਆ ਆਸੀਂ ਆ ਰੱਖਾਂ ਦੇ ਕੇ ਆਇਆ ਕੋਈ ਇੱਥੇ ਭਾਵੇਂ ਸਾਡੀ ਜਾਨ ਨਿਕਲ ਜਾਵੇ ਹਾਂ ਜਿਵੇਂ ਆਸੀਂ ਆ ਰੱਖਾਂ ਦੇ ਕੇ ਅਸੀਂ ਆਵਣ ਦੇਵਾ ਦੇ ਕੋਈ ਇਹ ਬੱਗੇ ਕਾਲੇ ਨਹੀਂ ਆ ਕੋਈ ਵੱਡਦਾ ਨਹੀਂ ਵੱਡਦਾ ਹਾਂ ਠੀਕ ਹੈ ਸਾਡੀ ਬਣ ਜਾਨ ਵੀ ਜਾਵੇ ਬੱਚੇ ਸਾਡੇ ਨਿੱਕੇ ਭੁੱਖੇ ਮਰੇ ਤਾਂ ਪਰਸੋਂ ਚ ਉੱਠਦੇ ਹਾਂ ਯੇ ਮੇ ਦੇਵਤਨ ਜੀ ਕਿਵੇਂ ਫਿਰ ਸਰਕਾਰ ਦੇ ਰੁਖ ਨੂੰ ਵੀ ਕਿ ਖੂਨੀਆ ਤਾਂ ਕਹਿੰਦੇ ਸੀ ਵੱਡਿਆਂ ਲੋਕਾਂ ਦੀ ਜ਼ਮੀਨ ਆ ਸੀ ਤੇ ਖੋਹ ਕਹਿੰਦੇ ਹੁਣ ਇਹ ਗਰੀਬਾਂ ਤੋਂ ਰੇ ਤੇ ਜਿਹੜੀ ਆਪ ਸਰਕਾਰ ਆਈ ਹੈ ਨਾ ਭਗਵੰਤ ਮਾਨ ਦੀ ਇਹ ਲਾਰੇ ਲਾ ਕੇ ਆਈ ਸੀ ਇਹ ਕਹਿੰਦੀ ਸੀ ਵੀ ਅਸੀਂ ਨੌਜਵਾਨੀ ਨੂੰ ਰੁਜ਼ਗਾਰ ਦੇਾਂਗੇ ਤੇ ਬਹੁਤ ਵੱਡੇ ਵੱਡੇ ਆਪ ਕਿਸਾਨ ਨੂੰ ਜਿਹੜਾ ਕਿਸਾਨ ਦੀ ਆਮਦਨ ਦੁੱਗਣੀ ਕਰਾਂਗੇ ਆ ਵੇਖ ਲਓ ਤੁਸੀਂ ਜਿਹੜੇ ਸਨ 47 ਦੇ ਵਿੱਚ ਸਾਡੇ ਬਜ਼ੁਰਗ ਜਿਹੜੇ ਨੇ ਲੈਹਿੰਦੇ ਪੰਜਾਬ ਤੋਂ ਉੱਜੜ ਕੇ ਆਏ ਸੀ ਇਸ ਬੱਗੇ ਕੀ ਦੇ ਵਿੱਚ ਉਹਨਾਂ ਨੇ ਜਿਹੜਾ ਸੀ ਸਾਰਾ ਆ ਦਾ ਘਰ-ਬਾਰ ਕੋਠੇ ਜਿੰਨਾ ਵੀ ਕੁਝ ਹੈਗਾ ਸੀ ਉੱਥੇ ਛੱਡ ਕੇ ਆਏ ਨੇ ਬਿਲਕੁਲ ਨੰਗੇ ਧਾਰ ਤੇ ਆਏ ਨੇ ਇੱਥੇ ਇੱਥੇ ਆਣ ਕੇ ਜਿਹੜੀਆਂ ਉਹਨਾਂ ਨੇ ਜ਼ਮੀਨਾਂ ਸੀ ਇਹ ਤੇ ਦਰਿਆਈ ਇਲਾਕਾ ਸੀ ਕਿਤੇ ਜ਼ਮੀਨਾਂ 20 ਫੁੱਟ ਉੱਚੀਆਂ ਸੀ ਕਿਤੇ 20 ਫੁੱਟ ਨੀਵੀਆਂ ਸੀ ਕਿਤੇ ਰੇਤਾ ਸੀ ਕਿਤੇ ਕਿਵੇਂ ਸੀ ਬੂਟੇ ਬਟਾਕ ਬਹੁਤ ਕੁਝ ਜਿਹੜਾ ਬੜੀ ਮਿਹਨਤ ਕਰਨੀ ਪਈ ਏ ਬਜ਼ੁਰਗਾਂ ਨੇ ਜਿਹੜੀਆਂ ਉਹਨਾਂ ਨੂੰ ਜਿਹੜੀਆਂ ਖਤਰਨਾਕ ਚੀਜ਼ਾਂ ਵਿੱਚ ਗਿਆ ਸੀ ਠੋਵੇ ਹੋਗੇ ਸੱਪ ਹੋਗੇ ਹੋਰ ਚੀਜ਼ਾਂ ਜਿਹੜੀਆਂ ਭਿਆਨਕ ਹੈ ਸੀ ਕਿਹੜਾ ਇਨਸਾਨ ਨੂੰ ਜਿੰਦੇ ਤੋਂ ਖਤਰਾ ਸੀ ਬਹੁਤ ਹੁੰਦੀ ਸੀ ਉਹਨਾਂ ਨੇ ਹਾਲੀਵੁੱਡ ਜਿਵੇਂ ਨਾ ਬਣਾ ਕੇ ਪੂਰੀ ਮਿਹਨਤ ਕਰਕੇ ਆ 10 15 ਸਾਲ ਤੋਂ ਜਿਹੜਾ ਜ਼ਮੀਨ ਕੋਈ ਸਾਨੂੰ ਦੇਣ ਲੱਗੀ ਹੈ ਪਹਿਲਾਂ ਤਾਂ ਖਾਂਦੀ ਰਹੀ ਹੈ ਤੇ ਅੱਜ ਜਿਹੜਾ ਇਹ ਸਰਕਾਰ ਆਈ ਹੈ ਕਹਿੰਦੀ ਸੀ ਅਸੀਂ ਇਹਨਾਂ ਨੂੰ ਰੋਜ਼ਗਾਰ ਦਿਆਂਗੇ ਇਹ ਕਨਾਲਾਂ ਦੇ ਵਿੱਚ ਜ਼ਮੀਨ ਹੈਗੀ ਏ ਕਿਸੇ ਪਰਿਵਾਰ ਕੋਲ ਇਹ 400 450 ਕਾਰੇ ਉਹਨਾਂ ਦੇ ਵਿੱਚ ਅਗਾ ਪਰਿਵਾਰਾਂ ਦੇ ਵਿੱਚ ਬੱਚਿਆਂ ਦੇ ਵਿੱਚ ਵੰਡੀ ਜਾਵੇ ਨਾ ਤਾਂ ਕਨਾਲਾਂ ਦੇ ਹਿਸਾਬ ਨਾਲ ਜ਼ਮੀਨ ਆਂਦੀ ਏ ਜਿਹੜਾ ਕਿ ਉਹਨਦੇ ਤੇ ਫਰਜ ਸਬਜ਼ੀਆਂ ਛੋਟੀਆਂ ਫਸਲਾਂ ਗੱਡ ਕੇ ਸਾਡੇ ਪਰਿਵਾਰ ਗੁਜ਼ਾਰਾ ਕਰਦੇ ਪੈਣੇ ਆ ਦੇ ਘਰਾਂ ਦਾ ਤੇ ਇਹ ਸਰਕਾਰ ਉਹਨਾਂ ਨੂੰ ਵਜਾੜਨ ਲੱਗੀ ਏ ਵਜਾੜਨ ਲੱਗੀ ਆ ਹਾਂਜੀ ਜੇ ਰਜਗਾਰ ਦੇ ਨਾ ਕੋਈ ਵੇਰਕਾ ਲਾਣਾ ਜਾਂ ਕੋਈ ਵੀ ਲਾਣੀ ਏ ਹੋਰ ਵੀ ਬੜੀਆਂ ਥਾਵਾਂ ਪਈਆਂ ਨੇ ਬਿਲਕੁਲ ਇਹ ਇਹਨਾਂ ਦੇ ਘਰ ਜਿਹੜੇ ਰਜਗਾਰ ਇਹਨਾਂ ਨੂੰ ਦੇ ਨਹੀਂ ਰਹੇ ਇਹਨਾਂ ਨੂੰ ਵਜਾੜ ਰਹੀਏ ਕਿਰਕੇ ਵੀ ਲਾਈ ਜਾ ਸਕਦੀ ਆ ਮੈਨੂੰ ਤੁਸੀਂ ਦਿਖਾ ਰਜਿਸਟਰ ਤੇ ਲਿਖੀ ਹੋਈ ਆ ਤੁਹਾਡੀ ਹਾਂਜੀ ਹਾਂਜੀ ਪਾਜੀ ਆ ਦੇਖੋ ਆ ਦੇਖੋ ਆ ਦੇਖੋ ਦੋ ਕਨਾਲਾ ਦੋ ਮਰਲੇ ਕਿਸੇ ਨੂੰ ਕਿੰਨੇ ਆਉਂਦੀ ਆ ਕਿਸੇ ਨੂੰ ਕਿੰਨੇ ਆਉਂਦੀ ਆ ਹਾਂ ਅੱਗੇ ਅੱਗੇ ਕਰਕੇ ਜਿਵੇਂ ਵੀ ਇਹ ਹੈਗੇ ਆ ਸਾਡੇ ਕੋਲ ਸਾਰਾ ਹੈਗਾ ਹਾਂ ਮਤਲਬ ਜਿੱਦਾਂ ਕਿ ਆ 32 ਕਨਾਲਾ ਇਹਦੇ ਪੰਜ ਪੁੱਤਰ ਚਾਰ ਹੈ ਜਿਵੇਂ ਕਿ ਤਿੰਨ ਪੁੱਤਰ ਹੈ ਉਹਦੇ ਦੋ ਕਨਾਲਾਂ ਕਿਸੇ ਦੀ ਕੋਈ ਕਨਾਲ ਦੋ ਕਨਾਲ ਜੱਦਾ ਕਨਾਲ ਵੱਤੋ ਤੇ ਕਿੱਲਾ ਕਿਸੇ ਕੋਲ ਇਹ ਹੈ ਵੀ ਕੋਈ ਬੰਦਾ ਵੀ ਤੁਹਾਨੂੰ ਇਹੋ ਜਿਹਾ ਨਹੀਂ ਵੀ ਜਿਹਦੇ ਕੋਲ 200 ਕਿੱਲਾ ਨੱਪਿਆ ਵਾ ਜੀ ਨੇ ਜੱਜੀ ਨੇ 250 ਕਿੱਲਾ ਨੱਪਿਆ ਬਿਲ ਸਵਾਲ ਹੀ ਪੈਦਾ ਨੇ ਹੁੰਦਾ ਭਾਜੀ ਦੋ ਦੋ ਜਿੱਦ ਨਹੀਂ ਜੀ ਦੋ ਕਿੱਲੇ ਵੀ ਨਹੀਂ ਕੀ ਕਿਸੇ ਕੋਲ ਦੋ 200 ਕਿੱਲੇ ਦੀ ਤੁਸੀਂ ਗੱਲ ਇਹ ਤਾਂ ਤੁਸੀਂ ਨਾ ਹੀ ਕਰੋ ਹਾਂ ਨਹੀਂ ਉਹ ਸਰਕਾਰ ਕਹਿੰਦੀ ਨੇ ਦੋ 200 ਕਿੱਲੇਾਂ ਦੇ ਛਡਾਉਣ ਜਿਹੜੇ ਨੱਪੀ ਬੈਠਾ ਜਨਾਬ ਨਹੀਂ 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 ਇਹਨੇ ਲੈਣ ਲੜ ਕੋ ਨਹੀਂ ਗਏ ਤੇ ਗੁਜ਼ਾਰਾ ਮਾਸਾ ਚੱਲਦਾ ਹੈ ਗੁਜ਼ਾਰਾ ਮਸਾ ਚੱਲਦਾ ਹੈ ਜੇ ਜ਼ਮੀਨ ਖੋਂਦੀ ਹੈ ਫਿਰ ਥੋੜਾ ਰੁਜ਼ਗਾਰ ਕੀ ਰਹਿ ਜਾਊਗਾ ਰੁਜ਼ਗਾਰ ਅਸੀਂ ਫਿਰ ਕੀ ਕਰਾਂ ਫਿਰ ਮਰਨ ਬਰਾਬਰ ਹੋ ਜਾਦਾ ਮਰਨ ਬਰਾਬਰ ਹੋ ਜਾਊਗਾ ਇਹੀ ਰੋਟੀ ਹੈ ਤੁਹਾਡੀ ਹਾਂਜੀ ਹਾਂਜੀ ਇਹਦਾ ਹੀ ਟਾਈਮ ਪਾਸ ਹੁੰਦਾ ਹਾਂਜੀ ਹਾਂਜੀ ਮਤਲਬ ਇਹੀ ਤੁਹਾਡੀ ਰੋਜੀ ਰੋਟੀ ਹੈ ਜੀ ਜਿਹੜੀ ਤੁਹਾਡੇ ਤੋਂ ਖੋਣ ਥੋੜਾ ਜਿਹਾ ਪੰਜ ਮਿੰਟ ਰਹਿ ਗਿਆ ਹਾਂਜੀ ਦੱਸੋ ਅਸੀਂ ਸਰਕਾਰ ਨੂੰ ਚੇਤਾਵਨੀ ਦਿੰਦੇ ਆ ਹਾਂ ਵੀ ਸਰਕਾਰ ਨਵੀਂ ਪਾਲਿਸੀ ਬਣਾ ਕੇ ਇਹ ਜਿਹੜਾ ਜ਼ਮੀਨਾਂ ਤੇ ਇਹਨਾਂ ਨੇ ਜਿਹੜਾ ਇੱਥੇ ਆਣ ਕੇ ਹਮਲਾ ਬੋਲਿਆ ਹੈ ਆਦੀਆਂ ਸਰਕਾਰਾਂ ਦਾ ਇਹ ਜਿਹੜਾ ਸਾਡੇ ਰਿਕਾਰਡ ਨਾਲ ਨਾ ਜਿਹੜੀ ਸਾਡੀ ਜ਼ਮੀਨਾਂ ਦਾ ਇਹ ਸਾਰਾ ਇਹਨਾਂ ਦਾ ਜਿਹੜਾ ਸਰਕਾਰ ਦਾ ਹੰਬੜਾ ਹੈ ਸਾਡੀ ਇਹ ਰਿਕਾਰਡ ਨੂੰ ਜਿਹੜਾ ਤੋਰ ਮਰੋੜ ਕੇ ਜਿਹੜਾ ਲੋਕਾਂ ਦੇ ਵਿੱਚ ਲਾ ਜਾ ਰਹੇ ਨੇ ਇਹ ਬਿਲਕੁਲ ਸਾਰਾ ਸਾਰ ਗਲਤ ਹੈ ਜਿੰਨਾ ਤੱਕ ਇਹਨਾਂ ਨੂੰ ਮਾਲਕੀ ਹੱਕ ਨਹੀਂ ਦਿੱਤੇ ਜਾਂਦੇ ਲੜਾਈ ਸਾਡੀ ਉਹਨਾਂ ਤੱਕ ਜਾਰੀ ਰਹੇਗੀ ਭਾਵੇਂ ਕਿੰਨਾ ਮਰਜ਼ੀ ਸਮਾਂ ਲੱਗ ਜਾਵੇ ਜਿਆ ਸੰਘਰਸ਼ ਜਿੱਤਣ ਵਾਲਾ ਇਸੇ ਤਰੀਕੇ ਚੱਲਦਾ ਰਹੇਗਾ ਜਿੰਨੀ ਦੇਰ ਸਾਨੂੰ ਮਾਲਕਾਨਾ ਹੱਕ ਨਹੀਂ ਦਿੱਤੇ ਜਾਂਦੇ ਸਾਡਾ ਬਹੁਤ ਲੰਮਾ ਸੰਘਰਸ਼ ਅਸੀਂ ਲੜਾਂਗੇ ਜਾਂ ਮਰਾਂਗੇ ਜਾਂ ਮਾਰਾਂਗੇ ਮਤਲਬ ਸਾਨੂੰ ਇਹ ਪ੍ਰੋਟੈਸਟ ਸਾਡਾ ਜਿੰਨਾ ਵੀ ਦਿਨ ਕਰਨਾ ਪਿਆ ਕਰਾਂਗੇ ਸਾਨੂੰ ਮਲਕਾਨਾ ਹੱਕ ਦਿੱਤੇ ਜਾਣ ਇਹ ਸਾਡੀਆਂ ਨੇ ਸਾਡੀਆਂ ਹੀ ਰਹਿਣਗੀਆਂ ਜ਼ਮੀਨਾਂ ਇਹ ਸਾਡੇ ਬੁਢੇਰਿਆਂ ਨੇ ਬਣਾਈਆਂ ਨੇ ਨਾ ਕਿ ਪੰਚਾਇਤਾਂ ਦਾ ਹੱਕ ਇਹਦੇ ਚ ਨਾ ਪੰਚਾਇਤਾਂ ਨੇ ਬਣਾਈਆਂ ਨਾ ਸਰਕਾਰਾਂ ਨੇ ਬਣਾਈਆਂ ਇਹ ਵੱਡੇ ਘਰਾਣਾ ਕੋਲੋਂ ਖੋਣ ਜਿਨ੍ਹਾਂ ਕੋਲ ਹਜ਼ਾਰ-ਹਜ਼ਾਰ ਕਿੱਲੇ ਨੇ 5-5000 ਕਿੱਲੇ ਨੇ ਇਹ ਚੰਡੀਗੜ੍ਹ ਚ ਕੋਣ ਜਿਨ੍ਹਾਂ ਕੋਲ ਵੱਡੀਆਂ ਜ਼ਮੀਨਾਂ ਨੇ ਇਹ ਦਿੱਲੀ ਚ ਕੋਣ ਇੱਧਰ ਕੋਣ ਯੂਨੀਵਰਸਿਟੀ ਲਵੀ ਯੂਨੀਵਰਸਿਟੀ ਜਿਹੜਾ ਹੈ ਨਾ ਰਾਜ ਸਭਾ ਦਾ ਮੈਂਬਰ ਬਣਾਇਆ ਹੈ ਉਹਦੀ ਜਿਹੜੀ ਯੂਨੀਵਰਸਿਟੀ ਉਹ ਸਰਕਾਰੀ ਜ਼ਮੀਨ ਚੀਏ ਉਹ ਕਿਉਂ ਨਹੀਂ ਖੋਦੇ ਮਵਾਲੀ ਦੇ ਨੇੜੇ ਚਾਰ-ਛਪੇਰੇ ਇਹਨਾਂ ਨੇ ਖੇਰ ਰੱਖੀ ਹੈ ਉਹ ਜ਼ਮੀਨਾਂ ਨੇ ਉਹਨਾਂ ਕੋਲੋਂ ਕਿਉਂ ਨਹੀਂ ਖੋਦੇ ਉਲਟਾ ਕਰਤਾ ਜਿਹੜੇ ਵਿਚਾਰ ਤੁਸੀਂ ਸੁਣ ਰਹੇ ਹੋ ਮਰਲਾ ਮਰਲਾ ਦੋ-ਦੋ ਕਨਾਲਾ ਜਿਨ੍ਹਾਂ ਨੇ ਆਬਾਦ ਕੀਤੀ ਉਹਨਾਂ ਕੋਲ ਖੋਣ ਵਾਸਤੇ ਆ ਗਏ ਔਰ ਇਹ ਭੀਖ ਮੰਗਣ ਵਾਸਤੇ ਗਿਆ ਦੁਬਾਰਾ ਤੇ ਚੜ ਕੇ ਤੁਹਾਡੇ ਸਾਹਮਣੇ ਨੌਜਨ ਮੁੰਡਾ ਖੜਾ ਹੈ ਵੀ ਪਰਚਾ ਦਰਜ ਕਰਾ ਦੇਗੇ ਇਸ ਵਾਸਤੇ ਤਾਕਤ ਦਿੱਤੀ ਅਸੀਂ ਵੀ ਤੂੰ ਸਾਡੇ ਤੇ ਪਰਚੇ ਦਰਜ ਕਰਾਓ ਅਸੀਂ ਸਰਕਾਰ ਦੇ ਨਾਲ ਹੋਵਾਂਗੇ ਜੇ ਵੱਡਿਆਂ ਕੋਲ ਖੋਣਗੇ ਤਾਂ ਖੋਣਨ ਕਿ ਕੈਪਟਨ ਅਮਰਿੰਦਰ ਸਿੰਘ ਕੋਲ ਖੋਲ ਬਾਦਲਾਂ ਕੋਲ ਖੋਲ ਕੇ ਇਹਨਾਂ ਨੂੰ ਦੇਣ ਫਿਰ ਸੁਆਦ ਕੈਪਟਨ ਦਾ ਆਪਣੇ ਦਾ ਮਾਨ ਸਾਹਿਬ ਦਾ ਤੇ ਕੇਜਰੀਵਾਲ ਸਾਨੂੰ ਆ ਪੈਣਾ ਨੂੰ ਕਹਿੰਦਾ ਹਜ਼ਾਰ-ਹਜ਼ਾਰ ਰੁਪਏ ਦੇਗਾ ਸ਼ਰਮ ਆਉਣੀ ਚਾਹੀਦੀ ਇਹਨਾਂ ਨੂੰ ਸਾਨੂੰ ਵਿਜਾਰ ਕੇ ਤੇ ਸਾਨੂੰ ਰੋਜ਼ਗਾਰ ਦੀ ਗੱਲ ਕਰਦੇ ਨੇ ਪਹਿਲਾਂ ਇਹ ਤਾਂ ਦਿਓ ਹਜ਼ਾਰ-ਹਜ਼ਾਰ ਰੁਪਏ ਅਗਲੀ ਗੱਲ ਬਾਅਦ ਦੀ ਏ ਅਸੀਂ ਹਰਸ ਕਿਸੇ ਵੀ ਹੋਣਗੇ ਇਹ ਪਿੰਡ ਵੀ ਤਾਲ ਲਈਏ ਔਰ ਜਥੇ ਬੰਦੇ ਇਹਨਾਂ ਦੇ ਨਾਲ ਖੜਗੀਆਂ ਪੀ ਜਦੋਂ ਤੱਕ ਇਹਨਾਂ ਨੂੰ ਮਾਲਕੀ ਹੱਕ ਨਹੀਂ ਮਿਲ ਜਾਂਦੇ ਇਥੋਂ ਦੀ ਸਰਕਾਰ ਦਾ ਇਥੋਂ ਦੇ ਐਮਐਲ ਦਾ ਜੀਣਾ ਹਰਾਮ ਕਰਦੇ ਆਗੇ ਹਮ ਬਿਲਕੁਲ ਜੀ ਬਿਲਕੁਲ ਕਦੇ ਵੀ ਬਰਦਾਸ਼ਤ ਨਹੀਂ ਕਰਾਂਗੇ ਗੋਲਦੀ ਕੰਬੋਜ ਤੇ ਪਿਛਲੇ ਦਿਨੀ ਇੱਕ ਪਿੰਡ ਦੇ ਵਿੱਚ ਹਮਲਾ ਵੀ ਹੋਇਆ ਉਥੇ ਸਾਰਿਆਂ ਦੇ ਵਿੱਚ ਇੱਕ ਚਰਚਾ ਰਹੀ ਚੁਲਕ ਵਿਧਾਇਕ ਤੇ ਜਾਂ ਇੱਕ ਆਮ ਬੰਦੇ ਤੇ ਵੀ ਹਮਲਾ ਹੋਣਾ ਗਲਤ ਹੈ ਪਰ ਤੁਹਾਨੂੰ ਕੀ ਕਾਰਨ ਲੱਗਦਾ ਵੀ ਕਿਉਂ ਅਜਿਹੀਆਂ ਵਾਰਦਾਤਾਂ ਹੁੰਦੀਆਂ ਭਾਜੀ ਮੈਨੂੰ ਇੱਕ ਗੱਲ ਦੱਸੋ ਮੈਂ ਫਿਰ ਉਹੀ ਗੱਲ ਤੇ ਆਉਂਗਾ ਜੇ ਇੱਥੇ ਇੱਕ ਜੇ ਜੇ ਮਤਲਬ ਮੇਰੇ ਬਾਪੂ ਦੇ ਸਾਹਮਣੇ ਮੇਰੇ ਕੋਲ ਰੋਟੀ ਖੋਈ ਜਾਊਗੀ ਮੈਨੂੰ ਬਦਸਲੂਕ ਕੀਤਾ ਜਾਊਗਾ ਮੇਰਾ ਬਾਪੂ ਕੀ ਕਰੂਗਾ ਮਰਦੇ ਆ ਕੇ ਚਬਦੇ ਆ ਹੁਣ ਮੇ ਵੀ ਉੱਥੇ ਇਹਨਾਂ ਦੇ ਕੀ ਲੱਛਣ ਹੋਣੇ ਆਗਲੇ ਨੇ ਕਰਤਾ ਹੋਣਾ ਫਿਰ ਐਂ ਗੱਲ ਆ ਤਾਂ ਫਿਰ ਇੱਥੇ ਆਓਗੇ ਤਾਂ ਕੱਲ ਅਸੀਂ ਇਹਨਾਂ ਨੂੰ ਹਾਰ ਪਾਉਂਗੇ ਹਾਰ ਪਾਉਣ ਵਾਲੇ ਕੰਮ ਕੀਤੇ ਇਹਨਾਂ ਨੇ ਜੇ ਹਾਰ ਪਾਉਣ ਵਾਲੇ ਕਰਦੇ ਸਾਡੇ ਨਾਲ ਪਿੱਠ ਨਾਲ ਪਿੱਠ ਲਾ ਕੇ ਖੜਦੇ ਖੜਨ ਦੀ ਬਜਾਏ ਤਾਂ ਕਹਿੰਦੇ ਇਹ ਤਾਂ ਜ਼ਮੀਨ ਮੇਰੀ ਆ ਹਾਂ ਇੱਕ ਹੋਰ ਗੱਲ ਜਦੋਂ ਅਸੀਂ ਇਹ ਗੱਲ ਵਾਪਸੀ ਦੇ ਆਉਣ ਨੂੰ ਕੀਤੀ ਨਾ ਕਿ ਤੁਸੀਂ ਐ ਮਤਲਬ ਗਰੀਬਾਂ ਕੋਲਾ ਕਹਿੰਦੀ ਸਾਰਾ ਜਲਾਲਾਬਾਦ ਹੀ ਗਰੀਬ ਹੈ ਸਾਰੇ ਜਲਾਲਾਬਾਦ ਨੂੰ ਮੈਂ ਬਿਠਾ ਦੂੰਗੀ ਕਬਜ਼ਾ ਦਵਾਉਂਗੀ 26 ਤਰੀਕ ਨੂੰ ਸਾਡਾ ਮੰਤਰੀ ਆ ਰਿਹਾ ਕਬਜ਼ਾ ਦਵਾਉਂਗੀ ਮੈਂ ਕਿਹਾ ਠੀਕ ਹੈ ਮੈਮ ਸਾਰਾ ਜਲਾਲਾਬਾਦ ਹੀ ਕਬਜ਼ਾ ਕਰ ਲੈਣਾ ਹਾਂ ਹਾਂ ਜੀ ਐਵੇਂ ਕਹਿੰਦੇ ਸੀ ਕਿ ਜਲਾਲਾਬਾਦ ਵਾਲੇ ਸਾਰੇ ਬਿਠਾ ਦਾਂਗੇ ਜ਼ਮੀਨ 'ਚ ਮੈਂ ਕਿਹਾ ਠੀਕ ਹੈ ਜੀ ਕੋਈ ਗੱਲ ਨਹੀਂ ਮੈਮ ਅਸੀਂ ਸਾਨੂੰ ਮਾਰ ਦਿਓ ਤੁਸੀਂ ਲੈ ਜਾਓ ਕੋਈ ਚੱਕਰ ਨਹੀਂ ਇਸ ਤੋਂ ਬਾਅਦ ਕੋਈ ਗੱਲ ਤਾਂ ਹੈ ਨਹੀਂ ਅਸੀਂ ਦੋਨਾਂ ਸਾਈਡ ਤੇ ਆਂ ਭਾਜੀ ਅਸੀਂ ਮਰਨ ਲਈ ਵੀ ਤਿਆਰ ਆ ਜੇ ਸਾਨੂੰ ਇੰਨਾ ਜ਼ਿਆਦਾ ਪ੍ਰੇਸ਼ਾਨ ਕੀਤਾ ਜੋ ਫਿਰ ਸਾਨੂੰ ਲੜਨਾ ਵੀ ਪੈਣਾ ਹੈ ਅਸੀਂ ਲੜਨ ਨੂੰ ਵੀ ਤਿਆਰ ਆ ਸਾਡੀ ਅੱਕਾ ਖਤਰ ਹਰ ਕੋਈ ਲੜੇਗਾ ਹੱਕ ਨਹੀਂ ਛੱਡੇ ਸਾਡੇ ਗੁਰੂਆਂ ਨੇ ਸਕਾਇਆ ਏ ਸਾਨੂੰ ਸਾਡੇ ਦੇਸ਼ ਪਗਤਾਂ ਨੇ ਸਾਨੂੰ ਇਹ ਸਕਾਇਆ ਹੈ ਸਾਡੇ ਗੁਰੂਆਂ ਦਾ ਸਾਡੇ ਦੇਸ਼ ਪਗਤਾਂ ਦਾ ਸਾਡਾ ਸਾਡੇ ਚ ਖੂਨ ਹੈ ਅਸੀਂ ਕਦੇ ਵੀ ਬਰਦਾਸ਼ਤ ਨਹੀਂ ਕਰਾਂਗੇ ਸਾਡੇ ਭਾਈ ਕਨਈਆ ਨੇ ਤਾਂ ਦੁਸ਼ਮਣ ਨੂੰ ਹੀ ਪਾਣੀ ਪਲਾਇਆ ਹੈ ਅਸੀਂ ਉਹਨਾਂ ਦੇ ਵਾਰਸ ਹੈ ਕਦੇ ਵੀ ਅਸੀਂ ਇਹੋ ਜੀ ਬਰਦਾਸ਼ਤ ਨਹੀਂ ਕਰਾਂਗੇ ਜਿਹੜੀ ਸਾਡੀ ਰੋਜੀ ਰੋਟੀ ਖੋਣ ਵਾਸਤੇ ਆਏਗਾ ਚਾਹੇ ਕੋਈ ਵੀ ਹੋਵੇ ਅਸੀਂ ਇੱਥੋਂ ਦੇ ਅਬਦਾਲੀ ਉਹਨਾਂ ਨੇ ਨਹੀਂ ਮੋੜੇ ਬਲੋ ਬਖਸ਼ੇ ਜਿਨ੍ਹਾਂ ਨੇ ਇੱਥੇ ਹਮਲੇ ਕੀਤੇ ਹੈ ਤੇ ਕਦੇ ਵੀ ਅਸੀਂ ਇਹ ਬਰਦਾਸ਼ਤ ਹੋਈ ਗਈ ਨਹੀਂ ਜੋ ਮਰਜ਼ੀ ਹੋ ਜਾਵੇ ਜੋ ਮਰਜ਼ੀ ਹਾਂਜੀ ਇਹ ਚੀਜ਼ ਹੈ ਹੁਣ ਸਾਨੂੰ ਸਾਨੂੰ ਧਮਕੀਆਂ ਦਿੱਤੀਆਂ ਜਾ ਰਹੀਆਂ ਕਿ ਤੁਹਾਡੇ ਤੇ ਅਸੀਂ ਕਾਰਵਾਈ ਕਰਾਂਗੇ ਸਾਨੂੰ ਕੋਈ ਦਿੱਕਤ ਨਹੀਂ ਹੈ ਕਾਰਵਾਈਆਂ ਕਰਨੀਆਂ ਕਾਰਵਾਈਆਂ ਕਰੋ ਪਰਚੇ ਕਰਨੇ ਪਰਚੇ ਕਰੋ ਜੋ ਮਰਜ਼ੀ ਕਰਨਾ ਹੈ ਸਾਨੂੰ ਕਹਿ ਰਿਹਾ ਕਿ ਤੁਹਾਡੇ ਚਾਰ ਪੰਜ ਮੈਂਬਰ ਜਿਹੜੇ ਕਰ ਰਹੇ ਹਨ ਤੁਹਾਨੂੰ ਤੋਂ ਪਰਚਾ ਦਿੱਤਾ ਜਾਏਗਾ ਸਾਡੇ ਨਾਲ ਕਿਸਾਨ ਸੰਘਰਸ਼ ਕਮੇਟੀਆਂ ਵੀ ਜਥੇਬੰਦੀਆਂ ਵੀ ਸਾਰੀਆਂ ਦਾ ਸਾਨੂੰ ਸੰਯੋਗ ਹੈ ਠੀਕ ਹੈ ਸਾਡਾ ਪਿੰਡ ਸਾਰਾ ਨਾਲ ਹੈ ਅਸੀਂ ਜੋ ਮਰਜ਼ੀ ਹੋ ਜਾਵੇ ਇਹ ਜ਼ਮੀਨ ਨੂੰ ਨਹੀਂ ਛੱਡਣਾ ਹੇ ਗੱਲ ਖਤਮ ਹੈ ਜੀ ਤਾਂ ਪਿੰਡ ਇਕੱਠਾ ਹੋਇਆ ਜਮੀਨ ਜਿਹੜੀ ਹੈ ਜਦੋਂ ਬਾਬਾ ਬੰਦਾ ਸਿੰਘ ਬਹਾਦਰ ਆਏ ਹੈ ਤਾਂ ਉਹਨਾਂ ਨੇ ਵੀ ਕਿਹਾ ਕਿ ਜ਼ਮੀਨ ਹਲਵਾਕ ਦੀ ਜਿਹੜਾ ਹਲ ਵਾਉਂਦਾ ਜ਼ਮੀਨ ਉਹਦੀ ਅਸਲ ਜ਼ਮੀਨਾਂ ਤਾਂ ਉੱਥੋਂ ਹੀ ਜਿਹੜੀਆਂ ਉਹਨਾਂ ਨੂੰ ਦੇ ਦਿੱਤੀਆਂ ਗਈਆਂ ਸੀ ਕਿਉਂਕਿ ਪਹਿਲਾਂ ਜ਼ਗੀਰਦਾਰਾਂ ਕੋਲੇ ਵੱਡਿਆਂ ਲੋਕਾਂ ਕੋਲੇ ਹੁੰਦੀਆਂ ਸੀ ਪਰ ਬੰਦਾ ਸਿੰਘ ਬਹਾਦਰ ਨੇ ਆ ਕੇ ਕਿਹਾ ਕਿ ਜਿਹੜਾ ਵਾਉਂਦਾ ਹੱਕ ਉਹਦਾ ਹੀ ਹੈ ਪਰ ਹੁਣ ਕੀ ਹੈ ਕਿ ਇਹ ਲੋਕ ਪਹਿਲਾਂ ਪਾਕਿਸਤਾਨ ਤੋਂ ਜੜ ਕੇ ਆਏ ਆ ਕੇ ਇੱਥੇ ਜੰਗਲਾਂ ਨੂੰ ਆਵਾਜ਼ ਕੀਤਾ ਜੰਗਲਾਂ ਨੂੰ ਆਵਾਜ਼ ਕੀਤਾ ਜਦ ਜੰਗਲ ਅਬਾਦ ਕਰਕੇ ਉਹ ਜ਼ਮੀਨ ਕੁਝ ਦੇਣਯੋਗੀ ਹੋਈ ਤਾਂ ਹੁਣ ਸਰਕਾਰ ਆ ਬੈਠੀ ਸਰਕਾਰ ਕਹਿੰਦੀ ਵੀ ਜਿਹੜਾ ਤੁਹਾਡੇ ਕੋਲੇ ਕਨਾਲ ਕਨਾਲ ਦੋ ਦੋ ਕਨਾਲਾਂ ਤੇ ਕਬਜ਼ਾ ਹੈ ਇਹ ਅਸੀਂ ਵਾਪਸ ਲੈਣਾ ਸਰਕਾਰ ਕਹਿ ਕੇ ਆਈ ਸੀ ਵੀ ਕਬਜ਼ੇ ਛੜਾਵਾਂਗੇ ਵੱਡੇ ਲੋਕਾਂ ਦੇ ਸਰਕਾਰ ਕਹਿ ਕੇ ਆਈ ਸੀ ਵੀ ਕਬਜ਼ੇ ਛੜਾਵਾਂਗੇ ਉਹਨਾਂ ਦੇ ਜਿਹੜੇ 5-5000 ਨੱਪੀ ਬੈਠਿਆ ਕਿਲਾ ਨੱਪੀ ਬੈਠਿਆ ਪਰ ਛੜਾਏ ਕਿਹਨਾਂ ਤੇ ਜਾ ਰਹੇ ਹੈ ਜਿਹੜੇ ਕੋਈ ਕਿੱਲਾ ਨੱਪੀ ਬੈਠਿਆ ਕੋਈ ਅੱਧਾ ਕਿੱਲਾ ਵੀ ਨੱਪਿਆ ਨਹੀਂ ਉਹ ਵੀ ਇੱਥੇ ਜਦੋਂ ਜੰਗਲ ਸੀ ਜਦੋਂ ਕੋਈ ਇੱਥੇ ਰਹਿੰਦਾ ਨਹੀਂ ਸੀ ਇਹਨਾਂ ਨੇ ਆ ਕੇ ਆਵਾਜ਼ ਕੀਤਾ ਕਰਨ ਦਾ ਧੰਨਵਾਦ ਚਾਹੀਦਾ ਸੀ ਇਹਨਾਂ ਲੋਕਾਂ ਦਾ ਪਰ ਚਲਾਈ ਇਹਨਾਂ ਦੇ ਉੱਤੇ ਹੁਣ ਡਾਂਗ ਜਾ ਰਹੀ ਹੈ ਪਰ ਲੋਕ ਕਹਿੰਦੇ ਆ ਪੰਜਾਬ ਹੈ ਇਹ ਇਹ ਲੜਨਾ ਵੀ ਜਾਣਦਾ ਹੱਕ ਲੈਣੇ ਵੀ ਜਾਣਦਾ ਜੀਰਾ ਫੈਕਟਰੀ 'ਚ ਵੀ ਚੜ ਕੇ ਆਏ ਸੀ ਦਿੱਲੀ ਵੀ ਚੜ ਕੇ ਆਏ ਸੀ ਸੋ ਚੜ ਕੇ ਆਏ ਨੂੰ ਲੋਕ ਦੇਖਣਗੇ ਪਰ ਸਰਕਾਰ ਨੂੰ ਕੁਝ ਸੋਚਣਾ ਚਾਹੀਦਾ ਹੈ ਕੈਮਰਾ ਪਰਸਨ ਇਮਤਾਜ ਦੇ ਨਾਲ ਮਨਿੰਦਰ ਜੀ ਸਿੱਧੂ ਲੋਕ ਵਾਈਟੀਵੀ